ਆਸਾ ਕੋਰੀ ਕੋ ਕਾਬੂ ਮਰਮ ਨ ਜਾਨਾ ਸਭ ਜਗ ਆਨਤ ਨਾਇਓ ਤਨ ਕੋਰੀ ਕੋ ਕਾਬੂ ਮਰਮ ਨ ਜਾਨਾ ਸਭ ਜਗ ਆਨਤ ਨਾਇਓ ਤਨ ਰਹਾਓ ਜਬ ਤੁਮ ਸੁਨ ਲੇ ਵੇਦ ਪੁਰਾਨਾ ਤਬ ਹਮ ਇਤਨਕ ਪਸਰਿਓ ਤਾਨਾ ਧਰਨ ਆਕਾਸ਼ ਕੀ ਕਰਕਹਿ ਬਨਾਈ ਚੰਦ ਸੂਰਜ ਦੋਏ ਸਾਥ ਚਲਾਈ ਪਾਈ ਜੋਰ ਬਾਤ ਇੱਕ ਕਿੰਨੀ ਤਹਿ ਤਾਂਤੀ ਮਨ ਮਾਨਾ ਜੁਲਾਹੇ ਘਰ ਆਪਣਾ ਚੀਨਾ ਕਟਹੀ ਰਾਮ ਪਛੰਨਾ ਕਹਿਤ ਕਬੀਰ ਕਰ ਕਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ ਕਹਿਤ ਕਬੀਰ ਕਰ ਕਹਿ ਤੋਰੀ ਸੂਤੈ ਸੂਤ ਮਿਲਾਏ ਕੋਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਜੁਗੋ ਜੁਗ ਅਟਲ ਗੁਰਗੱਦੀ ਤੇ ਸਵਾਹਿਮਾਨ ਸਰਬ ਸਾਂਝੀ ਵਾਹਤਾ ਦੇ ਰਹਿਬਰ ਨਾਨਕੇ ਜਹਾਜ ਹਲਤ ਪਲਤ ਦੇ ਰੱਖਿਅਕ ਲੋਕ ਪ੍ਰਲੋਕ ਦੇ ਸਹਾਇਕ ਹਾਜ਼ਰ ਨਾਜ਼ਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਅੰਦਰ ਸੁਸ਼ੋਭਿਤ ਹੋਏ ਬੈਠੇ ਗੁਰੂ ਸਵਾਰੇ ਸਤਸੰਗੀ ਜਨੋ ਆਪ ਜੀ ਵਡਭਾਗੇ ਹੋ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ ਕੀਰਤਨ ਗੁਰੂ ਕੇ ਕੀਰਤਨੀਏ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਹੋਰਾਂ ਦੇ ਜਥੇ ਪਾਸੋਂ ਬੜੇ ਹੀ ਪਿਆਰ ਅਦਬ ਸਹਿਤ ਸਰਵਣ ਕਰ ਰਹੇ ਸੀ। ਅੰਮ੍ਰਿਤਮਈ ਬਾਣੀ ਦੇ ਕੀਰਤਨ ਉਪਰੰਤ ਰੋਜ਼ਾਨਾ ਦੀ ਤਰ੍ਹਾਂ ਚੱਲ ਰਹੀ ਲੜੀਵਾਰ ਭਗਤ ਬਾਣੀ ਦੀ ਵਿਚਾਰ ਦੇ ਨਾਲ ਆਪਾਂ ਸਾਂਝ ਪਾਈਏ। ਪਾਵਨ ਬਚਨਾਂ ਦੀ ਵਿਚਾਰ ਨਾਲ ਸਾਂਝ ਪਾਉਣ ਤੋਂ ਪਹਿਲਾਂ ਆਪ ਸਭ ਮਾਈ ਭਾਈ ਮਨਾਂ ਨੂੰ ਗੁਰਚਰਨਾਂ ਵਿੱਚ ਇਕਾਗਰਤ ਕਰੋ, ਸ਼ਰੁਤੀਆਂ ਨੂੰ ਗੁਰ ਸ਼ਬਦ ਨਾਲ ਜੋੜੋ। ਬੜੇ ਹੀ ਪਿਆਰ ਅਦਬ ਸਹਿਤ ਰਸ ਭਿੰਨੀ ਆਵਾਜ਼ ਵਿੱਚ ਉਚਾਰਨ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਅੱਜ ਦੇ ਇਲਾਹੀ ਅੰਮ੍ਰਿਤਮਈ ਵਚਨ ਸਤਿਕਾਰਯੋਗ ਭਗਤ ਕਬੀਰ ਜੀ ਦੇ ਪਾਵਨ ਮੁਖਾਰਬਿੰਦ ਤੋਂ ਉਚਾਰਨ ਆਸਾ ਰਾਗ ਦੇ ਅੰਦਰ ਸੁਸ਼ੋਭਿਤ ਹਨ ਤੇ ਅੱਜ ਦੇ ਬਚਨਾਂ ਦੇ ਆਰੰਭ ਦੇ ਅੰਦਰ ਭਗਤ ਕਬੀਰ ਜੀ ਨੇ
ਉਸ ਅਕਾਲ ਪੁਰਖ ਦੀ ਸਾਰੀ ਕਾਇਨਾਤ ਦਾ ਜ਼ਿਕਰ ਕੀਤਾ। ਜੇ ਬ੍ਰਾਹਮਣ ਇਹ ਗੱਲ ਮੰਨਦਾ ਹੈ ਕਿ ਅਖੌਤੀ ਨੀਚ ਜਾਤ ਦਾ ਮਨੁੱਖ ਰੱਬ ਦਾ ਨਾਮ ਜਪ ਨਹੀਂ ਸਕਦਾ, ਤੇ ਭਗਤ ਕਬੀਰ ਜੀ ਵੀ ਕਿਉਂਕਿ ਉਸੇ ਜਾਤ ਵਿੱਚ ਸ਼ਾਮਿਲ ਨੇ, ਉਸ ਜ਼ਮਾਨੇ ਤੇ ਅਖੌਤੀ ਨੀਚ ਜਾਤ ਦੇ ਮਨੁੱਖਾਂ ਨੂੰ ਨਾਮ ਸਿਮਰਨ ਤੇ ਦੂਰ ਆਮ ਮਨੁੱਖ ਵੀ ਨਹੀਂ ਸੀ ਸਮਝਿਆ ਜਾਂਦਾ ਹੁੰਦਾ ਕਿ ਉਹ ਆਮ ਇਨਸਾਨ ਦੇ ਬਰਾਬਰ ਵੀ ਨਹੀਂ ਖਲੋ ਸਕਦੇ, ਮਤਾ ਪਿੱਟ ਦੇਣਾ। ਇੱਥੋਂ ਤੱਕ ਉਹਨਾਂ ਦੇ ਪਰਛਾਵੇਂ ਤੱਕ ਨਾਲ ਨਫ਼ਰਤ ਸੀ। ਸਾਡੇ ਮਨਾਂ ਵਿੱਚ ਕਈ ਵਾਰੀ ਹੁੰਦਾ ਕਿ ਭਗਤ ਕਬੀਰ ਜੀ ਬਨਾਰਸ ਦੀ ਧਰਤੀ ਤੇ ਰਹਿ ਰਹੇ ਨੇ, ਧਰਤੀ ਬਨਾਰਸ ਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਮੁਹੱਲਾ ਬ੍ਰਾਹਮਣਾਂ ਵਾਲਾ ਨਹੀਂ ਹੈ। ਭਗਤ ਰਵਿਦਾਸ ਜੀ ਰਹਿ ਬਨਾਰਸ ਵਿੱਚ ਰਹੇ ਨੇ, ਮੁਹੱਲਾ ਬ੍ਰਾਹਮਣਾਂ ਵਾਲਾ ਨਹੀਂ ਹੈ। ਗੰਗਾ ਦੇ ਆਲੇ ਦੁਆਲੇ ਦਾ ਜਿਹੜਾ ਪੂਰਾ ਖੇਤਰ ਹੈ, ਪੂਰਾ ਏਰੀਆ ਹੈ, ਉਹ ਬ੍ਰਾਹਮਣਾਂ ਦਾ ਹੈ। ਤੇ ਉਸ ਬ੍ਰਾਹਮਣਾਂ ਦੇ ਸਾਰੇ ਮੁਹੱਲੇ ਦੇ ਬਾਹਰ ਬਾਹਰ ਇੱਕ ਛੋਟੀ ਜਿਹੀ ਬਸਤੀ ਜਿਹਦਾ ਨਾਮ ਕਈ ਵਾਰ ਇਤਿਹਾਸ ਵਿੱਚ ਆਉਂਦਾ ਹੈ ਮੰਡੂਕ, ਬਸਤੀ ਦਾ ਨਾਮ ਹੈ। ਉਸ ਮੰਡੂਕ ਬਸਤੀ ਦੇ ਵਿੱਚ ਅਖੌਤੀ ਨੀਚ ਜਾਤ ਦੇ ਲੋਕ ਰਹਿੰਦੇ ਰਹੇ, ਕਿਉਂਕਿ ਉਹਨਾਂ ਤੋਂ ਬਿਨਾਂ ਤੇ ਉੱਚ ਜਾਤੀ ਲੋਕਾਂ ਦਾ ਵੀ ਗੁਜ਼ਾਰਾ ਨਹੀਂ, ਕੰਮ ਤੇ ਸਾਰੇ ਉਹਨਾਂ ਨੇ ਕਰਨੇ ਨੇ, ਇਸ ਕਰਕੇ ਉਹਨਾਂ ਨੇ ਵੀ ਰੱਖਣਾ ਨਾਲ ਜ਼ਰੂਰੀ ਹੋ ਜਾਂਦਾ ਹੈ। ਉੱਚ ਜਾਤੀ ਬ੍ਰਾਹਮਣਾਂ ਦੇ ਇਸ ਸ਼ਹਿਰ ਦੇ ਬਾਹਰ ਬਾਹਰ ਜਿਹੜੀ ਬਸਤੀ ਹੈ ਉਹ ਨੀਚਾਂ ਦੀ ਬਸਤੀ ਮੰਨੀ ਗਈ, ਮਲੂਕ ਬਸਤੀ, ਜਿਹਦੇ ਵਿੱਚ ਹੀ ਭਗਤ ਰਵਿਦਾਸ ਜੀ ਪਲੇ ਵੱਡੇ ਹੋਏ, ਭਗਤ ਕਬੀਰ ਜੀ ਪਲੇ ਵੱਡੇ ਹੋਏ ਇਸੇ ਬਸਤੀ ਦੇ ਵਿੱਚ ਹੀ। ਤੇ ਇਸ ਬਸਤੀ ਵਿੱਚ ਰਹਿਣ ਵਾਲੇ ਲੋਕਾਂ ਦੀ ਅੱਤ ਜ਼ਰੂਰਤ ਹੈ ਉੱਚ ਜਾਤੀ ਲੋਕਾਂ ਨੂੰ, ਇਸ ਕਰਕੇ ਉਹ ਆਪ ਵਸਾਉਂਦੇ ਨੇ। ਜ਼ਰੂਰਤ ਇਹ ਹੈ ਕਿ ਉਹਨਾਂ ਦੇ ਸਾਰੀ ਜ਼ਿੰਦਗੀ ਦੇ ਰੋਜ਼ਮਰ੍ਹਾ ਦੇ ਕੰਮ ਜਿਹੜੇ ਨੇ ਅਖੌਤੀ ਨੀਚ ਜਾਤ ਦਾ ਮਨੁੱਖ ਕਰਦਾ ਹੈ। ਕੱਪੜੇ ਬਣਾਉਣ ਤੋਂ ਲੈ ਕੇ, ਜੁੱਤੀਆਂ ਬਣਾਉਣ ਤੋਂ ਲੈ ਕੇ, ਕੱਪੜੇ ਧੋਣ ਰੰਗਣ ਤੋਂ ਲੈ ਕੇ, ਗਲੀਆਂ ਦੀ ਘਰਾਂ ਦੀ ਸਫਾਈ ਤੱਕ ਦਾ ਸਾਰਾ ਜ਼ਿੰਮਾ ਉਹਨਾਂ ਦਾ ਹੈ। ਤੇ ਜਿਹੜੇ ਹੱਦ ਦਰਜੇ ਦੇ ਉਹਨਾਂ ਨੀਚ ਗਏ ਲੋਕ, ਉਹਨਾਂ ਦੇ ਤੇ ਪਰਛਾਵੇਂ ਨਾਲ ਵੀ ਨਫ਼ਰਤ ਸੀ। ਉਹਨਾਂ ਦਾ ਕੰਮ ਹੁੰਦਾ ਸੀ ਗਲੀਆਂ ਨਾਲੀਆਂ ਦੀ ਸਫਾਈ ਕਰਨੀ, ਤੇ ਜਦੋਂ ਉਹਨਾਂ ਸਫਾਈ ਕਰਨੀ ਉਹਨਾਂ ਦਾ ਸਮਾਂ ਹੀ ਰਾਤ ਦਾ ਨਿਸ਼ਚਿਤ ਕੀਤਾ ਜਾਂਦਾ ਰਿਹਾ ਕਿ ਜਦੋਂ ਵੀ ਕੋਈ ਅਖੌਤੀ ਨੀਚ ਜਿਹੜਾ ਸਾਡੀ ਉੱਚ ਜਾਤੀ ਬ੍ਰਾਹਮਣਾਂ ਦੀ ਗਲੀ ਦੇ ਵਿੱਚ ਆਵੇ ਤੇ ਉਹ ਗਲ ਵਿੱਚ ਟੱਲੀ ਪਾ ਕੇ ਆਵੇ, ਤਾਂ ਕਿ ਟੱਲੀ ਦੀ ਆਵਾਜ਼ ਸੁਣ ਕੇ ਅਸੀਂ ਆਪੋ ਆਪਣੇ ਘਰਾਂ ਦੇ ਅੰਦਰ ਵੜ ਜਾਈਏ, ਅਸੀਂ ਮੱਥੇ ਨਾ ਲੱਗੀ ਉਹਦੇ, ਤੇ ਉਹ ਸਫਾਈ ਕਰਕੇ ਚਲਾ ਜਾਏ। ਇੱਥੋਂ ਤੱਕ ਆਪਣੇ ਗਲ ਵਿੱਚ ਇੱਕ ਰੱਸਾ ਬੰਨ ਕੇ, ਰੱਸੇ ਦੇ ਦੂਸਰੇ ਸਿਰੇ ਨਾਲ ਝਾੜੂ ਬੰਨ ਕੇ ਆਪਣੇ ਪਿੱਛੇ ਲਮਕਾ ਕੇ ਤੁਰੇ, ਤਾਂ ਕਿ ਜਿਸ ਰਸਤੇ ਉਹ ਲੰਘ ਰਿਹਾ ਉਹਦੇ ਪੈਰਾਂ ਦੇ ਨਿਸ਼ਾਨ ਉਸ ਝਾੜੂ ਦੇ ਨਾਲ ਮਿਟਦੇ ਜਾਣ, ਕਿਤੇ ਨੀਚ ਦੇ ਪੈਰਾਂ ਦੇ ਨਿਸ਼ਾਨਾਂ ਤੇ ਸਾਡੇ ਪੈਰ ਆ ਗਏ ਅਸੀਂ ਭਿੱਟੇ ਜਾਵਾਂਗੇ। ਇੱਥੋਂ ਤੱਕ ਵੀ ਹੋਇਆ ਹਿੰਦੁਸਤਾਨ ਵਿੱਚ, ਕਈ ਥਾਵਾਂ ਤੇ ਅੱਜ ਵੀ ਕੁਝ ਹੋ ਰਿਹਾ। ਉਹਨਾਂ ਦੀ ਜ਼ਰੂਰਤ ਸੀ ਸਾਫ਼ ਸਫਾਈ ਇਤਿਆਦਿਕ, ਮੰਡੂਕ ਦੀ ਬਸਤੀ 'ਚ ਰਹਿਣ ਵਾਲੇ ਲੋਕ ਨੇ। ਹੁਣ ਬ੍ਰਾਹਮਣ ਆਖਦਾ ਹੈ ਕਿ ਦੇਖ ਕਬੀਰ, ਤੂੰ ਤੇ ਇਨਸਾਨਾਂ ਦੇ ਬਰਾਬਰ ਖਲੋਣ ਦੇ ਵੀ ਲਾਇਕ ਨਹੀਂ ਹੈ,
ਤੇਰੇ ਤੇ ਪਰਛਾਵੇਂ ਨਾਲ ਵੀ ਮਨੁੱਖ ਪਿਟਿਆ ਮੰਨਿਆ ਜਾਂਦਾ, ਤੇ ਤੂੰ ਰੱਬ ਦੀ ਸਿਫਤ ਵੱਲ ਭਗਤੀ ਵੱਲ ਤੁਰ ਪਿਆ, ਭਗਤੀ ਦਾ ਮਾਰਗ ਤੇ ਦੂਰ, ਤੂੰ ਇਨਸਾਨ ਵੀ ਨਹੀਂ ਬਣ ਸਕਦਾ, ਧਰਮੀ ਬਣਨਾ ਤੇ ਦੂਰ ਹੈ, ਤੂੰ ਤੇ ਜੁਲਾਹਾ ਹੈ, ਤੇਰੀ ਕਿਰਤ ਧਿਆ ਹੈ ਕੱਪੜੇ ਬੁਣਨੇ। ਅੱਜ ਭਗਤ ਕਬੀਰ ਜੀ ਨੇ ਫਿਰ ਰਹਿਮਤ ਕੀਤੀ, ਕਹਿਣ ਲੱਗੇ ਐ ਬ੍ਰਾਹਮਣ ਵੀਰ ਅੱਜ ਜਰਾ ਧਿਆਨ ਨਾਲ ਸੁਣ। ਹਾਲਾਂਕਿ ਜਾਤ ਪਾਤ ਬਾਰੇ ਭਗਤ ਕਬੀਰ ਜੀ ਦੇ ਨਾਲ ਬੜੀ ਵਾਰ ਬ੍ਰਾਹਮਣ ਨੇ ਬਹਿਸ ਕੀਤੀ, ਕਈ ਵਾਰੀ ਬ੍ਰਾਹਮਣ ਨੇ ਕਿਹਾ ਮੈਂ ਉੱਚਾ ਤੂੰ ਨੀਵਾਂ, ਤੇ ਭਗਤ ਕਬੀਰ ਜੀ ਕਈ ਵਾਰ ਕਹਿੰਦੇ ਰਹੇ ਵੀ ਕੋਈ ਦਲੀਲ ਦੇ, ਤੂੰ ਉੱਚਾ ਕਿਵੇਂ ਹੈ ਅਸੀਂ ਨੀਵੇਂ ਕਿਵੇਂ ਆ, ਕੋਈ ਦਲੀਲ ਤੇ ਦੇ, ਤੂੰ ਕੋਈ ਦਲੀਲ ਨਾਲ ਗੱਲ ਕਰ। ਬ੍ਰਾਹਮਣ ਆਖਦਾ ਚੱਲ ਤੂੰ ਕੋਈ ਦਲੀਲ ਦੇ ਵੀ ਅਸੀਂ ਦੋਵੇਂ ਬਰਾਬਰ ਹਾਂ, ਮੇਰੇ ਕੋਲ ਕੋਈ ਦਲੀਲ ਨਹੀਂ, ਤੂੰ ਦੇ ਕੋਈ। ਤੇ ਭਗਤ ਕਬੀਰ ਜੀ ਦਲੀਲਾਂ ਦੀਆਂ ਲਾਈਨਾਂ ਲਾ ਦਿੰਦੇ ਨੇ, ਕਹਿਣ ਲੱਗੇ ਜਿਸ ਤਰੀਕੇ ਤੂੰ ਜਗਤ ਵਿੱਚ ਆਇਆ ਉਹੀ ਮੇਰਾ ਤਰੀਕਾ ਜਗਤ ਤੇ ਆਉਣ ਦਾ, ਤੂੰ ਕੋਈ ਵੱਖਰਾ ਸਮਾਨ ਤੋਂ ਨਹੀਂ ਆਇਆ। ਆਲਾ ਫੜ ਚਾਕੂ ਆਪਣੇ 'ਚ ਵੀ ਮਾਰ ਕੇ ਦੇਖ, ਮੇਰੇ 'ਚ ਵੀ ਮਾਰ ਕੇ ਦੇਖ, ਮੇਰੀਆਂ ਰਗਾਂ 'ਚ ਲਹੂ ਹੈ ਖੂਨ ਹੈ, ਜੇ ਤੇਰੀਆਂ 'ਚ ਦੁੱਧ ਨਿਕਲੇਗਾ ਮੰਨ ਲਵਾਂਗਾ ਤੂੰ ਉੱਚੇ। ਇੱਕ ਉਦਾਹਰਨ ਦਿੱਤੀ, ਇੱਕ ਦਲੀਲ ਦਿੱਤੀ, ਜੋ ਤੂੰ ਬ੍ਰਾਹਮਣ ਬ੍ਰਾਹਮਣੀ 'ਚ ਆਇਆ ਤੂੰ ਆਨ ਬਾਟ ਕਾਹੀ ਨਹੀਂ ਆਇਆ, ਕਿਸੇ ਹੋਰ ਤਰੀਕੇ ਕਿਉਂ ਨਹੀਂ ਦੁਨੀਆਂ 'ਤੇ ਆਇਆ ਤੂੰ। ਤੁਮ ਕਤ ਬ੍ਰਾਹਮਣ ਹਮ ਕਤ ਸ਼ੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹਿੰਦਾ ਜੇ ਮੇਰੇ 'ਚ ਲਹੂ ਹੈ ਕਿ ਤੇਰੇ 'ਚ ਦੁੱਧ, ਤੇਰੀਆਂ ਰਗਾਂ 'ਚ ਚੱਲਦਾ ਹੈ, ਜੇ ਦੁੱਧ ਚੱਲਦਾ ਤੇ ਮੈਂ ਮੰਨ ਲੈਂਦਾ ਤੂੰ ਮੇਰੇ ਦੂਜ 'ਚ ਹੈ। ਇੱਕ ਨਹੀਂ ਅਨੇਕ ਉਦਾਹਰਨਾਂ ਦਿੱਤੀਆਂ। ਗੁਰੂ ਅਮਰਦਾਸ ਸਾਹਿਬ ਨੇ ਵੀ ਇੱਕ ਦਲੀਲ ਦਿੱਤੀ ਸੀ, ਪੰਜਾਂ ਤੱਤਾਂ ਦਾ ਪੁਤਲਾ, ਕਹਿਣ ਲੱਗੇ ਇਹੀ ਤੱਤ ਨੀਚ ਵਿੱਚ ਨੇ, ਇਹੀ ਊਚ ਵਿੱਚ ਨੇ, ਕੋਈ ਫਰਕ ਨਹੀਂ ਪੰਜਾਂ ਤੱਤਾਂ ਵਿੱਚ, ਤੇ ਜੇ ਪੰਜਾਂ ਤੱਤਾਂ ਦਾ ਦੋਨਾਂ ਦਾ ਹੀ ਸਰੀਰ ਹੈ ਫਿਰ ਕੋਈ ਉੱਚਾ ਕੋਈ ਨੀਵਾਂ ਕਿਵੇਂ ਹੋ ਸਕਦਾ ਹੈ, ਜਾਂ ਤੇ ਨੀਚ ਵਿੱਚ ਇੱਕ ਦਾ ਤੱਤ ਘੱਟ ਹੋਵੇ ਊਚ ਵਿੱਚ ਇੱਕ ਦਾ ਵੱਧ ਹੋ ਜਾਏ, ਪੰਜੇ ਤੱਤਾਂ ਦਾ ਉਹਦਾ ਸਰੀਰ, ਪੰਜੇ ਦਾ ਉਹਦਾ ਸਰੀਰ। ਅੱਜ ਜਦੋਂ ਬ੍ਰਾਹਮਣ ਨੇ ਇੱਕ ਹੋਰ ਟਾਂਚ ਕੀਤੀ ਤੂੰ ਜੁਲਾਹਾ ਹੈ, ਤੇ ਭਗਤ ਕਬੀਰ ਜੀ ਨੇ ਮਹਿਰਾਮਤ ਕੀਤੀ, ਆਰੰਭ ਦੇ ਬਚਨ ਕੋਰੀ ਕੋ ਕਾਹੂ ਮਰਮ ਨਾ ਜਾਨਾ, ਸਭ ਜਗ ਅੰਤ ਨਾਇਓ ਤਾਨਾ। ਕਹਿਣ ਲੱਗੇ ਹੇ ਬ੍ਰਾਹਮਣ ਤੈਨੂੰ ਕੋਰੀ ਦਾ ਭੇਤ ਹੀ ਨਹੀਂ ਪਤਾ, ਕੋਰੀ ਆਖਦੇ ਨੇ ਜੁਲਾਹੇ ਨੂੰ, ਤੈਨੂੰ ਜੁਲਾਹੇ ਦਾ ਭੇਤ ਹੀ ਨਹੀਂ ਪਤਾ। ਪਹਿਲੀ ਗੱਲ, ਤੇਰਾ ਤੇ ਮੇਰਾ ਕੰਮ ਕੋਈ ਉੱਚਾ ਨੀਵਾਂ ਨਹੀਂ ਹੈ, ਤੂੰ ਬ੍ਰਾਹਮਣ ਗ੍ਰੰਥਾਂ ਨੂੰ ਪੜ੍ਹਨ ਵਾਲਾ ਹੈ, ਮੈਂ ਖੱਡੀ ਬੁਣਨ ਵਾਲਾ ਵਾਂ, ਮੈਂ ਕੱਪੜੇ ਨੂੰ ਬੁਣਦਾ, ਤੇਰਾ ਮੇਰਾ ਕੰਮ ਕੋਈ ਉੱਚਾ ਨੀਵਾਂ ਨਹੀਂ ਹੈ, ਕੰਮ ਇੱਕੋ ਜਿਹੇ ਨੇ। ਜਿੰਨੇ ਕੁ ਚਿਰ ਤੂੰ ਆਪਣੇ ਗ੍ਰੰਥ ਪੜ੍ਹ ਲੈਣਾ ਓਨੇ ਕੁ ਚਿਰ ਮੈਂ ਖੱਡੀ ਦੇ ਵਿੱਚ ਚਾਰ ਤੰਦਾਂ ਤਣ ਕੇ ਕੱਪੜਾ ਤਿਆਰ ਕਰ ਲੈਂਦਾ। ਬ੍ਰਾਹਮਣ ਆਖਦੇ ਵੀ ਇਹ ਕੀ ਹੋਇਆ, ਕੰਮ ਕਿਵੇਂ ਇੱਕ ਹੋ ਗਿਆ, ਮੈਂ ਧਾਰਮਿਕ ਗ੍ਰੰਥ ਪੜ੍ਹਦਾ ਵਾਂ ਤੇ ਤੂੰ ਖੱਡੀ ਚਲਾ ਰਹੇ ਹੈ। ਕਹਿਣ ਲੱਗੇ ਨਹੀਂ ਬ੍ਰਾਹਮਣ ਤੂੰ ਭੁਲੇਖੇ 'ਚ ਹੈ। ਕਹਿਣ ਲੱਗਾ ਕਿਉਂ, ਕਹਿਣ ਲੱਗਾ ਵੀ ਤੇਰਾ ਵੀ ਕਾਰੋਬਾਰ ਹੈ ਮੇਰਾ ਵੀ ਕਾਰੋਬਾਰ ਹੈ, ਤੂੰ ਗ੍ਰੰਥ ਪੜ੍ਹ ਕੇ ਚਾਰ ਪੈਸੇ ਕਮਾ ਲੈਂਦਾ ਹੈ, ਮੈਂ ਖੱਡੀ ਵਾ ਕੇ ਚਾਰ ਪੈਸੇ ਕਮਾ ਲੈਂਦਾ। ਗੱਲ ਤੇ ਕੰਮ ਦੀ ਹੈ ਨਾ, ਵਪਾਰ ਦੀ, ਬਿਜ਼ਨਸ ਦੀ ਹੈ ਨਾ, ਮੈਂ ਖੱਡੀ ਵਾ ਲੈਂਦਾ ਤੂੰ ਪੋਥੀ ਵਾ ਲੈਂਦਾ, ਆਹ ਜਿਹੜੀ ਪੋਥੀ ਤੂੰ ਕੱਚ ਰੱਖੀ ਹੋਈ ਹੈ ਨਾ। ਭਗਤ ਬੇਣੀ ਜੀ ਬ੍ਰਾਹਮਣ ਨੇ ਜਾਤ ਦੇ, ਬ੍ਰਾਹਮਣਾਂ ਦੇ ਘਰ ਪੈਦਾ ਹੋਣ ਵਾਲੇ, ਪਰ ਜਿਹੜੇ ਭਗਤ ਬੇਣੀ ਜੀ ਦੀ ਬਾਣੀ ਪੜ੍ਹੋ ਤੇ ਉਹਨਾਂ ਨੇ ਪਖੰਡ ਤੇ ਬਖੀ ਉਧੇੜ ਕੇ ਰੱਖ ਦਿੱਤੇ। ਕਹਿਣ ਲੱਗੇ ਇਹ ਨਾ ਸੋਚੀਏ ਬ੍ਰਾਹਮਣ ਤੂੰ ਕੱਚ ਦੇ ਵਿੱਚ ਪੋਥੀ ਲੈ ਕੇ ਤੂੰ ਜਜਮਾਨ ਦੇ ਘਰ ਨੂੰ ਉਪਦੇਸ਼ ਦੇਣ ਚੱਲੇ ਹੈ, ਗਿਆਨ ਦੇਣ ਚੱਲੇ, ਗਿਆਨ ਨਹੀਂ, ਤੂੰ ਕੱਚ ਵਿੱਚ ਛੁਰੀ ਲੈ ਕੇ ਕਿਸੇ ਦੀ ਗਰਦਨ ਤੇ ਚਲਾਉਣ ਚੱਲੇ ਹੈ। ਹਿਰਦੈ ਛੁਰੀ ਸੰਧਿਆਨੀ ਪਰ ਦਰਬ ਹਿਰਨ ਕੀ ਬਾਣੀ, ਪਰ ਦਰਬ ਹਿਰਨ ਮੈਨੇ ਦੂਜੇ ਦੇ ਪੈਸੇ ਨੂੰ ਠੱਗਣਾ,
ਕਹਿੰਦੇ ਤੂੰ ਵਹਿਮਾਂ 'ਚ ਪਾਇਆ ਲੋਕਾਂ ਨੂੰ, ਤੂੰ ਠੱਗੀਆਂ 'ਚ ਪਾਇਆ, ਤੂੰ ਠੱਗਿਆ ਲੋਕਾਂ ਨੂੰ, ਭਰਮਾਂ 'ਚ ਪਾਇਆ, ਤੂੰ ਲੋਕਾਂ ਨੂੰ ਸੱਚ ਨਹੀਂ ਦਿੱਤਾ, ਤੂੰ ਲੋਕਾਂ ਨੂੰ ਠੱਗਿਆ, ਲੁੱਟਿਆ, ਵਹਿਮਾਂ ਭਰਮਾਂ ਪਖੰਡਾਂ 'ਚ ਪਾ ਕੇ ਆਪਣੀ ਪੂਜਾ ਕਰਾਈ, ਧਨ ਖੋਇਆ ਉਹਨਾਂ ਦਾ। ਹਾਂ, ਜੇ ਤੂੰ ਸੱਚ ਦੀ ਗੱਲ ਕਰਦਾ ਹੁੰਦਾ ਤੇ ਮੰਨ ਲੈਂਦਾ ਵੀ ਤੇਰੀ ਇੱਕ ਨੰਬਰ ਦੀ ਕਮਾਈ ਹੈ। ਜੇ ਵਹਿਮਾਂ ਭਰਮਾਂ ਪਖੰਡਾਂ 'ਚੋਂ ਕੱਢ ਕੇ ਰੱਬ ਦਾ ਗਿਆਨ ਦਿੰਦਾ ਹੁੰਦਾ ਤੈਨੂੰ, ਮੰਨ ਲੈਂਦੇ ਤੇਰੀ ਇੱਕ ਨੰਬਰ ਦੀ ਕਮਾਈ, ਨਹੀਂ ਤੇਰੀ ਕਮਾਈ ਉਦੋਂ ਦੋ ਨੰਬਰ ਦੀ ਹੋ ਜਾਂਦੀ ਹੈ ਜਦੋਂ ਸੱਚ ਵੀ ਤੂੰ ਅਗਲੇ ਨੂੰ ਨਹੀਂ ਦਿੰਦਾ, ਬਦਲੇ ਵਿੱਚ ਪੈਸੇ ਵੀ ਲੈ ਲੈਂਦਾ। ਸਾਡੀ ਬਹੁਤਿਆਂ 'ਚ ਜਿਹੜੀ ਕੈਟਾਗਰੀ ਉਹ ਇਸੇ ਤਰ੍ਹਾਂ ਹੀ ਹੈ। ਅੱਜ ਤੱਕ ਅਸੀਂ ਕਿਉਂ ਗਿਆਨ ਤੋਂ ਵਾਂਝੇ ਰਹੇ? ਕਿਉਂਕਿ ਅੱਜ ਤੱਕ ਸਿਰਫ ਸ਼ੋਸ਼ਣ ਕੀਤਾ ਗਿਆ ਧਰਮ ਦੇ ਨਾਂ 'ਤੇ, ਸੱਚ ਨਹੀਂ ਦੱਸਿਆ ਗਿਆ, ਸੱਚ ਨੂੰ ਮਾਲਿਆਂ 'ਚ ਲਪੇਟ ਕੇ ਰੱਖਿਆ ਗਿਆ ਅਤੇ ਸੱਚ ਦੀ ਬਜਾਏ ਵਹਿਮਾਂ ਭਰਮਾਂ ਪਖੰਡਾਂ ਨਾਲ ਜੋੜਿਆ ਗਿਆ। ਬ੍ਰਾਹਮਣ ਨੇ ਵੀ ਇਸ ਤਰ੍ਹਾਂ ਕੀਤਾ, ਬਸ ਕਿਤੇ ਬੱਚਾ ਜੰਮਿਆ ਨਹੀਂ ਅਤੇ ਉਹ ਪਹਿਲਾਂ ਹਾਜ਼ਰ ਵੀ ਜੰਮ ਪਿਆ, ਉਹਦੇ ਝੂਠ ਅਪਵਿੱਤਰਤਾ ਫੈਲ ਗਈ। ਮੈਨੂੰ ਦਾਨ ਦਿਓ, ਮੈਂ ਮੰਤਰ ਪੜ੍ਹ ਕੇ ਝੂਠ ਦੂਰ ਕਰਾਂ। ਇੱਕ ਜੇਬ 'ਚੋਂ ਪੈਸੇ ਨਿਕਲ ਕੇ ਦੂਜੀ ਜੇਬ 'ਚ ਆਉਂਦੇ ਨੇ ਅਤੇ ਪਵਿੱਤਰਤਾ ਆ ਜਾਂਦੀ ਹੈ, ਪਤਾ ਨਹੀਂ ਕੀ ਚੱਕਰ ਹੈ। ਕਿਤੇ ਵਿਆਹ ਹੋਣਾ, ਕਿਤੇ ਮੌਤ ਹੋਣੀ, ਬੱਚੇ ਨੇ ਸਕੂਲ ਵੀ ਜਾਣਾ ਹੈ, ਪਲਾਟ ਜ਼ਮੀਨ ਵੀ ਖਰੀਦਣੀ ਹੈ, ਇੱਥੋਂ ਤੱਕ ਜ਼ਿਮੀਂਦਾਰ ਨੇ ਬੀਜ ਵੀ ਜ਼ਮੀਨ 'ਚ ਪਾਉਣਾ ਹੈ ਤਾਂ ਵੀ ਉਹਨੇ ਕਹਿ ਦੇਣਾ ਵੀ ਸੁੱਕੀ ਹੈ ਜ਼ਮੀਨ, ਅਜੇ ਨਾ ਪਾਈ ਤੂੰ ਬੀਜ, ਮੇਰੀ ਜੇਬ 'ਚ ਪੈਸੇ ਪਾਏ ਜਾ ਜਾਏਗੇ। ਕਦਮ ਕਦਮ 'ਤੇ ਕਿਸੇ ਨੇ ਦੁਕਾਨ ਖੋਲ੍ਹਣੀ, ਕਿਸੇ ਨੇ ਘਰ ਬਣਾਉਣਾ, ਕਿਸੇ ਨੇ ਘਰ 'ਚ ਪ੍ਰਵੇਸ਼ ਕਰਨਾ, ਪੈਰ ਪੈਰ 'ਤੇ, ਕਦਮ ਕਦਮ 'ਤੇ ਉਸ ਬ੍ਰਾਹਮਣ ਨੇ ਲੁੱਟਿਆ। ਰੱਬ ਦਾ ਗਿਆਨ ਨਹੀਂ ਦਿੱਤਾ, ਬ੍ਰਹਮ ਦਾ ਗਿਆਨ ਨਹੀਂ ਦਿੱਤਾ। ਕਹਿਣ ਲੱਗੇ ਦੇਖ ਬ੍ਰਾਹਮਣ, ਤੇਰਾ ਵੀ ਕਾਰੋਬਾਰ, ਮੇਰਾ ਵੀ ਕਾਰੋਬਾਰ ਹੈ। ਪਹਿਲੀ ਗੱਲ, ਤੇਰੀ ਪੋਥੀ ਅਤੇ ਮੇਰੀ ਖੱਡੀ 'ਚ ਫਰਕ ਕੋਈ ਨਹੀਂ ਰਿਹਾ। ਜਿੰਨਾ ਚਿਰ ਤੂੰ ਪੋਥੀ ਪੜ੍ਹ ਕੇ ਚਾਰ ਪੈਸੇ ਗਰੀਬ ਦੇ ਲੁੱਟ ਕੇ ਲੈ ਆਉਂਦਾ, ਉਨਾ ਚਿਰ ਮੈਂ ਹੱਥੀਂ ਮਿਹਨਤ ਕਰਕੇ ਕਿਸੇ ਗਰੀਬ ਦੇ ਉੱਪਰ ਕੱਪੜਾ ਪਾ ਆਉਂਦਾ ਵਾ, ਇਹਨਾਂ ਨੂੰ ਤੇਰੇ ਮੇਰੇ 'ਚ ਇੱਕ ਫਰਕ ਹੈ। ਭਗਤ ਕਬੀਰ ਜੀ ਦੇ ਬਚਨ, ਜਬ ਤੁਮ ਸੁਣ ਲੇ ਵੇਦ ਪੁਰਾਣਾ, ਤਬ ਹਮ ਇਤਨਕ ਪਸਰਿਓ ਤਾਨਾ। ਜਿੰਨੇ ਚਿਰ ਤੂੰ ਵੇਦਾਂ ਪੁਰਾਣਾਂ ਦੀ ਵਿਚਾਰ ਸੁਣਦਾ, ਸੁਣਾਉਂਦਾ, ਗ੍ਰੰਥ ਦੀ ਵਿਚਾਰ ਕਰਦਾ, ਉਹਨਾਂ ਕੁ ਚਿਰ ਮੈਂ ਤਾਣਾ ਤਾੜ ਲੈਂਦਾ ਵਾਂ, ਉਹਨਾਂ ਕੁ ਚਿਰ ਮੈਂ ਖੱਡੀ ਚਲਾ ਲੈਂਦਾ, ਉਹਨਾਂ ਕੁ ਚਿਰ ਮੈਂ ਕੱਪੜਾ ਬੁਣ ਲੈਂਦਾ ਵਾਂ। ਤੂੰ ਸੱਚ ਦੱਸਿਆ ਨਹੀਂ, ਤੂੰ ਦੋ ਨੰਬਰ ਦੀ ਕਮਾਈ ਕੀਤੀ, ਤੂੰ ਵਹਿਮ 'ਚ ਪਾਇਆ, ਪਖੰਡ 'ਚ ਪਾਇਆ, ਅਤੇ ਮੈਂ ਕੱਪੜਾ ਤਿਆਰ ਕਰਕੇ ਕਿਸੇ ਗਰੀਬ ਦਾ ਤਨ ਢੱਕ ਦਿੱਤਾ, ਮੇਰੀ ਕਮਾਈ ਤੇਰੇ ਤੋਂ ਉੱਚੀ ਹੋਈ, ਗੱਲ ਮੇਰੀ ਕਮਾਈ ਤੇਰੇ ਤੋਂ ਵੀ ਉੱਚੀ ਹੋਈ। ਜੇ ਤੂੰ ਕਹਿੰਦਾ ਮੈਂ ਜੁਲਾਹਾਂ ਅਤੇ ਮੈਂ ਇਕੱਲਾ ਨਹੀਂ ਹਾਂ, ਤੂੰ ਜੁਲਾਹੇ ਦਾ ਭੇਤ ਹੀ ਨਹੀਂ ਜਾਣਿਆ। ਕੋਰੀ ਕੋ ਜੁਲਾਹੇ ਦਾ ਕਾਹੂ, ਕਿਸੇ ਨੇ ਮਰਮ ਨਾ ਜਾਣਾ, ਭੇਤ ਨਹੀਂ ਜਾਣਿਆ। ਰੱਬ ਜੁਲਾਹੇ ਦਾ ਕਿਸੇ ਭੇਤ ਨਹੀਂ ਜਾਣਿਆ, ਸਭ ਤੋਂ ਵੱਡਾ ਜੁਲਾਹਾ ਤੇ ਮੈਨੂੰ ਉਹ ਨਜ਼ਰ ਆਉਂਦਾ। ਕੋਰੀ ਕੋ ਕਾਹੂ ਮਰਮ ਨਾ ਜਾਣਾ, ਸਭ ਜਗ ਆਣ ਤਨਾਇਓ ਤਾਨਾ। ਦੇਖ ਰੱਬ ਨੇ ਕਿੱਡਾ ਵੱਡਾ ਤਾਣਾ ਬਾਣਾ ਦੁਨੀਆਂ ਦਾ ਤਣਿਆ ਹੋਇਆ। ਕਿਸੇ ਦਾ ਬਹੁਤ ਵੱਡਾ ਕਾਰੋਬਾਰ ਹੋਵੇ, ਸੀ ਕਹੀ ਦਿੰਦੇ ਨਾ ਵੀ ਬੜਾ ਉਹਦਾ ਤਾਣਾ ਬਾਣਾ ਖਿਲਰਿਆ ਹੋਇਆ, ਉਹਨੇ ਬੜਾ ਆਪਣਾ ਤਾਣਾ ਬਾਣਾ ਪਸਾਰਿਆ ਹੋਇਆ। ਤਾਣਾ ਬਾਣਾ ਇਹੀ ਉਦਾਹਰਨ ਖੱਡੀ ਦੀ ਇਹ, ਕਿਉਂਕਿ ਧਾਗਿਆਂ ਦਾ ਬੜਾ ਜਾਲ ਹੁੰਦਾ ਹੈ ਜਦੋਂ ਕੱਪੜੇ ਨੂੰ ਬਣਿਆ ਜਾਂਦਾ ਹੈ, ਤੇ ਦੋਨੋਂ ਤਰਫ ਉਹ ਜਾਲ ਹੁੰਦਾ। ਜੇ ਸਿੱਧੇ ਧਾਗਿਆਂ ਦਾ ਜਾਲ ਹੈ ਤੇ ਦੂਸਰੇ ਪਾਸਿਓਂ ਨਲਕੀ ਜਿਹੜੀ ਸ਼ਟਲ ਉਹ ਵੀ ਧਾਗੇ ਚਲਾਉਂਦੀ ਜਾਂਦੀ ਹੈ। ਇੱਕ ਬੜਾ ਲੰਮਾ ਚੌੜਾ ਤਾਣਾ ਹੈ, ਤਾਣਾ ਬਾਣਾ ਜਾਲ ਹੈ ਬੜਾ, ਜਿਹਨੂੰ ਤਾਣਾ ਤੇ ਪੇਟਾ ਕਹਿੰਦੇ ਨੇ। ਤਾਣਾ ਤੇ ਪੇਟਾ ਇਕੱਠੇ ਹੋ ਜਾਣ ਤੇ ਕੱਪੜਾ ਹੋ ਜਾਂਦਾ, ਇੱਕ ਹੋ ਜਾਂਦਾ ਜਦੋਂ ਤਾਣਾ ਤੇ ਪੇਟਾ ਇਕੱਠੇ ਹੋ ਜਾਣ। ਕਿਤੇ ਤੰਦ ਉਲਝ ਜਾਏ ਨਾ, ਇੱਕ ਤੰਦ ਉਲਝ ਜਾਏ ਕਈ ਵਾਰੀ ਪੂਰੀ ਤਾਣੀ ਉਲਝਾ ਕੇ ਰੱਖ ਲੈਂਦੀ ਹੈ। ਹਜੇ ਕੁਝ ਸਾਲ ਪਹਿਲਾਂ ਦੀਆਂ ਖੱਡੀਆਂ ਅਜੇ ਚੱਲਦੀਆਂ ਰਹੀਆਂ ਨੇ, ਹੁਣ ਤੇ ਮਸ਼ੀਨਾਂ ਵਾਲੀਆਂ ਆਈਆਂ,
20-50 ਸਾਲ ਪਹਿਲਾਂ ਤੱਕ ਹੱਥ ਵਾਲੀਆਂ ਖੜੀਆਂ ਰਹੀਆਂ, ਜਿਹਦੇ ਵਿੱਚ ਕੀ ਹੋਣਾ, ਕੰਘੀ ਦੇ ਵਿੱਚ ਧਾਗੇ ਪਰੋ ਕੇ ਜੁਲਾਹੇ ਵੀਰ ਨੇ ਕੀ ਕਰਨਾ, ਸ਼ਕਲ ਦੇ ਵਿੱਚ ਇੱਕ ਨਲਕੀ ਵਿੱਚ ਧਾਗਾ ਪਰੋ ਕੇ ਉਸ ਨਲਕੀ ਨੂੰ ਸੱਜੇ ਪਾਸੇ ਤੱਕਣਾ, ਉਹਨਾਂ ਤਾਰਾਂ ਦੇ ਵਿੱਚੋਂ ਦੀ, ਧਾਗਿਆਂ ਵਿੱਚੋਂ ਦੀ, ਫਿਰ ਕੰਘੀ ਨੂੰ ਉੱਪਰ ਥੱਲੇ ਕਰਕੇ, ਧਾਗੇ ਉੱਪਰ ਥੱਲੇ ਕਰਕੇ, ਫਿਰ ਦੂਸਰੇ ਪਾਸੇ ਉਹਨੇ ਉਸ ਨਲਕੀ ਨੂੰ ਤੱਕਣਾ, ਧਾਗੇ ਨੂੰ ਪਰੋਈ ਚਲੇ ਜਾਣਾ, ਕੱਪੜਾ ਤਿਆਰ ਕਰਨਾ। ਇਹੀ ਟੈਕਨੀਕ, ਇਹੀ ਤਕਨੀਕ ਜਿਹੜੀ ਹੈ ਨਾ, ਭਗਤ ਕਬੀਰ ਜੀ ਨੇ ਅੱਜ ਤੋਂ 550-600 ਸਾਲ ਪਹਿਲਾਂ ਦੱਸ ਦਿੱਤੀ ਬਾਣੀ 'ਚ। ਉਸ ਜ਼ਮਾਨੇ ਦੀ ਉਹੀ ਤਕਨੀਕ ਸੀ, ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਦੇ ਨੇ ਭਗਤ ਕਬੀਰ ਜੀ, ਅਤੇ ਕਈ ਇਤਿਹਾਸਕਾਰਾਂ ਨੇ 120 ਸਾਲ ਦੀ ਉਮਰ ਮੰਨੀ, ਗੁਰੂ ਨਾਨਕ ਸਾਹਿਬ ਤੋਂ ਵੀ ਪਹਿਲਾਂ ਦੇ। ਤਕਰੀਬਨ 1398 ਸਨ ਦਾ ਭਗਤ ਕਬੀਰ ਜੀ ਦਾ ਜਨਮ ਮੰਨਿਆ ਗਿਆ, ਅਤੇ 120 ਸਾਲ ਦੀ ਉਮਰ ਲਾਓ ਅਤੇ 1518 ਸਨ ਬਣ ਜਾਂਦਾ ਹੈ, ਅਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ 1469 ਸਨ ਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਤੋਂ ਵੀ ਪਹਿਲਾਂ ਦੇ ਨੇ ਭਗਤ ਕਬੀਰ। ਉਸ ਜ਼ਮਾਨੇ ਦੀ ਜਿਹੜੀ ਟੈਕਨੀਕ ਹੈ ਖੱਡੀ ਦੀ, ਇਨ ਬਿਨ ਅੱਜ ਵੀ ਉਸੇ ਲੀਹ ਦੇ ਉੱਪਰ ਹੀ ਮਸ਼ੀਨਾਂ ਤਿਆਰ ਹੋਈਆਂ। ਭਗਤ ਕਬੀਰ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ ਤੂੰ ਕੋਰੀ ਦੇ ਮਰਮ ਨੂੰ ਜਾਣਿਆ ਨਹੀਂ, ਦੇਖ ਰੱਬ ਨੇ ਕਿੱਡਾ ਵੱਡਾ ਦੁਨੀਆ ਦਾ ਤਾਣਾ ਬਾਣਾ ਬਣਾਇਆ ਹੋਇਆ, ਇਹ ਜਿੰਨਾ ਸੰਸਾਰ ਦਾ ਖੇਲ ਹੈ ਇਹ ਰੱਬ ਦਾ ਤਾਣਾ ਬਾਣਾ ਹੈ। ਮੈਂ ਦੇਖਦਾ ਕਿ ਉਹਨੇ ਵੀ ਆਪਣਾ ਤਾਣਾ ਪਸਾਰਿਆ ਹੋਇਆ, ਮੈਨੂੰ ਉਹਦੇ ਭੇਤ ਦੀ ਸਮਝ ਲੱਗਣ ਲੱਗ ਗਈ। ਇੱਕ ਛੋਟੀ ਜਿਹੀ ਛੋਟੇ ਜਿਹੇ ਜੀਵ ਤੋਂ ਲੈ ਕੇ ਵੱਡੇ ਸਾਰੇ ਜੀਵ ਤੱਕ ਸਾਰਿਆਂ ਨੂੰ ਉਹੀ ਬਣਾਉਣ ਵਾਲਾ, ਇੱਕ ਮਾਟੀ ਕੁੰਜਰ ਚੀਟੀ ਭਾਜਨ ਹੈ, ਬਹੁ ਨਾਨਾ ਰੇ ਸਥਾਵਰ ਜੰਗਮ ਕੀਟ ਪਤੰਗਮ ਘੱਟ ਘੱਟ ਰਾਮ ਸਮਾਨਾ ਰੇ, ਹਰ ਇੱਕ ਨੂੰ ਬਣਾਇਆ, ਸਾਰੀ ਕਾਇਨਾਤ ਨੂੰ ਬਣਾਉਣ ਵਾਲਾ। ਪਰ ਅਗਲੀ ਗੱਲ, ਧਰਮ ਆਕਾਸ਼ ਕੀ ਕਰਗਹਿ ਬਣਾਈ, ਚੰਦ ਸੂਰਜ ਦੋਇ ਸਾਥ ਚਲਾਈ। ਕਰਕੇ ਆਖਦੇ ਨੇ ਕੰਘੀ ਨੂੰ, ਔਰ ਪੁਰਾਤਨ ਜ਼ਮਾਨੇ ਹੱਥ ਨਾਲ ਫੜਨੀ ਪੈਂਦੀ ਸੀ, ਤਾਂ ਹੀ ਇਹਦਾ ਨਾਂ ਕਰਗਹਿ ਪਿਆ ਸੀ। ਕਰ ਆਖਦੇ ਨੇ ਹੱਥ ਨੂੰ, ਤੇ ਗਹਿ ਹੁੰਦਾ ਫੜਨਾ, ਹੱਥ ਨਾਲ ਫੜਨਾ ਉਸ ਕੰਘੀ ਨੂੰ, ਤੇ ਨਾ ਹੀ ਉਹਦਾ ਕਰਗਹਿ ਪੈ ਗਿਆ ਸੀ। ਤੇ ਜੋ ਕੁਝ ਵੀ ਹੁੰਦਾ ਤਾਣਾ ਬਾਣਾ, ਉਹ ਕਰਗੀ ਦੇ ਕੰਘੀ ਦੇ ਅੰਦਰ ਅੰਦਰ ਹੀ ਹੁੰਦਾ, ਕੰਘੀ ਤੋਂ ਬਾਹਰ ਨਹੀਂ ਜਾ ਸਕਦਾ। ਜਿੰਨਾ ਵੀ ਕੱਪੜਾ ਬਣਦਾ ਕੰਘੀ ਦੇ ਅੰਦਰ ਅੰਦਰ ਹੀ। ਉਸ ਮੇਰੇ ਪ੍ਰਭੂ ਨੇ ਧਰਤੀ ਤੇ ਆਸਮਾਨ ਨੂੰ ਕਰਗਹਿ ਬਣਾ ਦਿੱਤਾ, ਕੰਘੀ ਬਣਾ ਦਿੱਤਾ, ਭਾਵ ਜਿੰਨਾ ਇਹ ਮਨੁੱਖਾ ਜੀਵਨ ਦਾ ਤਾਣਾ ਬਾਣਾ ਚੱਲਦਾ ਹੈ ਨਾ, ਇਹ ਧਰਤੀ ਤੇ ਆਸਮਾਨ ਦੇ ਵਿੱਚ ਵਿੱਚ ਹੀ ਹੈ। ਉਸ ਰੱਬ ਨੇ ਇੱਕ ਕੱਪੜਾ ਤਿਆਰ ਕੀਤਾ ਜੀਵਨ ਰੂਪੀ, ਧਰਤੀ ਤੇ ਆਸਮਾਨ ਉਹਦੀ ਕੰਘੀ ਹੈ, ਧਰਤੀ ਤੇ ਆਸਮਾਨ ਦੇ ਦਰਮਿਆਨ ਇਹ ਸਾਰਾ ਤਾਣਾ ਬਾਣਾ ਚੱਲ ਰਿਹਾ। ਧਰਮ ਆਕਾਸ਼ ਕੀ ਕਰਗਹਿ ਬਣਾਈ, ਚੰਦ ਸੂਰਜ ਦੋਇ ਸਾਥ ਚਲਾਈ। ਚੰਦ ਤੇ ਸੂਰਜ ਕੀ ਨੇ, ਕਹਿੰਦੇ ਇਹ ਸਾਥ ਨੇ, ਇਹ ਨਲਕੀ ਹੈ, ਇਹ ਸ਼ਟਲ ਹੈ। ਜਿਵੇਂ ਕੰਘੀ ਦੇ ਅੰਦਰ ਅੰਦਰ ਸ਼ਟਲ ਚੱਲਦੀ, ਨਲਕੀ ਚੱਲਦੀ ਹੈ, ਉਹ ਧਾਗਾ ਕਦੀ ਸੱਜੇ ਲੈ ਕੇ ਜਾਂਦੀ, ਕਦੀ ਖੱਬੇ ਲੈ ਕੇ ਜਾਂਦੀ ਹੈ। ਕਹਿੰਦੇ ਚੰਦ ਤੇ ਸੂਰਜ ਇਹ ਵੀ ਮੰਨ ਲਓ ਸ਼ਟਲ ਨੇ, ਇਹ ਵੀ ਮੰਨ ਲਓ ਧਰਤੀ ਤੇ ਚੰਦਰ, ਧਰਤੀ ਤੇ ਆਸਮਾਨ ਦੇ ਦਰਮਿਆਨ ਮੰਨ ਲਓ ਕਿ ਧਾਗਾ ਚੱਲਦਾ, ਜਿਹੜਾ ਜੀਵਨ ਦਾ ਤਾਣਾ ਹੁੰਦਾ ਹੈ। ਕਦੀ ਸੂਰਜ ਆ ਜਾਂਦਾ, ਕਦੀ ਚੰਦਰਮਾ ਆ ਜਾਂਦਾ, ਕਦੀ ਸੂਰਜ ਆਪਣਾ ਸਫ਼ਰ ਸ਼ੁਰੂ ਕਰ ਦਿੰਦਾ, ਕਦੀ ਚੰਦਰਮਾ ਆਪਣਾ ਸਫ਼ਰ ਸ਼ੁਰੂ ਕਰ ਦਿੰਦਾ। ਇਹਦੇ ਨਾਲ ਕੀ ਹੁੰਦਾ, ਕਹਿੰਦੇ ਕਿ ਜਦੋਂ ਸੂਰਜ ਤੇ ਚੰਦਰਮਾ ਸਫ਼ਰ ਕਰਦੇ ਨੇ, ਇੱਕ ਦਿਨ ਬਣ ਜਾਂਦਾ, ਇੱਕ ਰਾਤ ਬਣ ਜਾਂਦੀ ਹੈ। ਜਦੋਂ 7 ਦਿਨ ਤੇ 7 ਰਾਤਾਂ ਇਕੱਠੀਆਂ ਹੋ ਜਾਂਦੀਆਂ, ਉਦੋਂ ਇੱਕ ਹਫ਼ਤਾ ਬਣ ਜਾਂਦਾ ਹੈ। ਜਦੋਂ 30 ਦਿਨ 30 ਰਾਤਾਂ ਇਕੱਠੀਆਂ ਹੋ ਜਾਣ, ਇੱਕ ਮਹੀਨਾ ਤਿਆਰ ਹੋ ਜਾਂਦਾ ਹੈ। ਜਦੋਂ 12 ਮਹੀਨੇ ਬਣ ਜਾਂਦੇ ਨੇ, ਉਦੋਂ ਇੱਕ ਸਾਲ ਤਿਆਰ ਹੋ ਜਾਂਦਾ ਹੈ।
ਇਸੇ ਤਰ੍ਹਾਂ ਸਦੀਆਂ, ਇਸ ਦਹਾਕੇ, ਸਦੀਆਂ ਸਮਾਂ ਬਣ ਰਿਹਾ, ਜ਼ਿੰਦਗੀ ਦਾ ਸਮਾਂ ਬਣ ਰਿਹਾ, ਕਿਉਂਕਿ ਮਨੁੱਖਾ ਜੀਵਨ ਦਾ ਤਾਣਾ ਇਸੇ ਤਰ੍ਹਾਂ ਤਣਿਆ ਜਾ ਰਿਹਾ। ਚੰਦਰਮਾ ਅਤੇ ਸੂਰਜ ਮਾਨੋ ਜੀਵਨ ਨੂੰ ਬਣਾ ਰਹੇ ਨੇ। ਚੰਦਰਮਾ ਸੂਰਜ ਉਹ ਨਲਕੀਆਂ ਨੇ ਜਿਹੜੇ ਜੀਵਨ ਦੇ ਧਾਗੇ ਜੋੜਦੇ ਚਲੇ ਜਾ ਰਹੇ ਨੇ। ਕਿਸੇ ਮਨੁੱਖ ਦੀ ਜ਼ਿੰਦਗੀ ਦਾ ਧਾਗਾ ਟੁੱਟ ਜਾਂਦਾ ਹੈ ਸਵਾਸਾਂ ਦਾ, ਕਿਸੇ ਦਾ ਚੌਲਾ ਰਹਿੰਦਾ ਹੈ। ਟੁੱਟ ਹਰ ਇੱਕ ਨੇ ਜਾਣੇ। ਉਸ ਰੱਬ ਚਲਾਹੇ ਨੇ ਮਾਨੋ ਸੂਰਜ ਤੇ ਚੰਦਰਮਾ ਨੂੰ ਸਾਡੀ ਜ਼ਿੰਦਗੀ ਦੇ ਤਾਣੇ ਉਣਨ ਵਾਸਤੇ ਬਣਾਇਆ ਹੋਇਆ। ਅੱਜ ਸਵੇਰ ਹੋਈ, ਮੇਰੀ ਜ਼ਿੰਦਗੀ 'ਚ ਇੱਕ ਦਿਨ ਹੋਰ ਜੁੜ ਗਿਆ। ਅੱਜ ਰਾਤ ਹੋਈ, ਮੈਂ ਆਰਾਮ ਕੀਤਾ, ਮੇਰੀ ਜ਼ਿੰਦਗੀ ਦੇ ਵਿੱਚ ਇੱਕ ਰਾਤ ਹੋਰ ਜੁੜ ਗਈ। ਕੀ ਪਤਾ ਅਗਲੀ ਸਵੇਰ ਉੱਠਣਾ ਨਹੀਂ ਉੱਠਣਾ, ਕੀ ਪਤਾ ਹੈ? ਕਿਉਂਕਿ ਜਦੋਂ ਸੌਂ ਗਿਆ ਉਦੋਂ ਨਾਂ ਤੱਕ ਆਪਣਾ ਭੁੱਲ ਗਿਆ, ਹੋਸ਼ ਖਤਮ ਹੋ ਗਈ। ਉਦੋਂ ਇਹ ਨਹੀਂ ਯਾਦ ਰਿਹਾ ਮੇਰੀ ਕੀ ਜਾਤ, ਮੇਰਾ ਕੀ ਨਾਮ, ਮੇਰੀ ਕਿੰਨੀ ਪ੍ਰੋਪਰਟੀ, ਕਿੰਨੀ ਧਨ ਦੌਲਤ ਹੈ ਮੇਰੇ ਕੋਲ, ਮੇਰੇ ਕਿਹੜੇ ਮਾਤਾ ਪਿਤਾ ਨੇ, ਕਿਹੜੇ ਮੇਰੇ ਭੈਣ ਭਰਾ ਨੇ, ਕਿਹੜੇ ਮੇਰੇ ਮਿੱਤਰ ਨੇ ਤੇ ਕਿਹੜੇ ਮੇਰੇ ਦੁਸ਼ਮਣ ਨੇ। ਦੁਸ਼ਮਣੀ ਮਿੱਤਰ ਤਾਂ ਸਭ ਮੁੱਕ ਜਾਂਦਾ ਜ਼ਮੀਨ ਵਿੱਚ, ਸਾਰਾ ਕੁਝ ਖਤਮ ਹੋ ਗਿਆ। ਆਪਣੇ ਤੱਕ ਹੋਸ਼ ਨਹੀਂ ਰਹੀ। ਪਰ ਸਵੇਰ ਹੋਈ, ਅੱਖਾਂ ਖੁੱਲੀਆਂ, ਮੈਨੂੰ ਵਾਪਸ ਮੇਰੀ ਜ਼ਮੀਨ ਜਾਇਦਾਦ ਮਿਲ ਗਈ, ਵਾਪਸ ਮੇਰਾ ਨਾਮ ਮੈਨੂੰ ਮਿਲ ਗਿਆ, ਮੈਨੂੰ ਮੇਰੇ ਧਨ ਦੌਲਤ ਪਦਾਰਥ ਮਿਲ ਗਏ, ਮੇਰੇ ਮਿੱਤਰ ਵੀ ਮੈਨੂੰ ਵਾਪਸ ਮਿਲ ਗਏ, ਮੈਂ ਦੁਸ਼ਮਣ ਵੀ ਨਾਲ ਹੀ ਵਾਪਸ ਲੈ ਲਏ। ਸਵੇਰੇ ਉੱਠਿਆ, ਮੇਰੀ ਜ਼ਿੰਦਗੀ 'ਚ ਇੱਕ ਦਿਨ ਹੋਰ ਜੁੜ ਗਿਆ, ਮੈਨੂੰ ਇੱਕ ਨਵੀਂ ਜ਼ਿੰਦਗੀ ਮਿਲ ਗਈ, ਨਵਾਂ ਜੀਵਨ ਪ੍ਰਾਪਤ ਹੋ ਗਿਆ। ਅੱਜ ਦਾ ਚੜ੍ਹਦਾ ਸੂਰਜ ਮੈਂ ਫਿਰ ਦੇਖ ਲਿਆ। ਨਹੀਂ ਤਾਂ ਮਨੁੱਖ ਦੀ ਜ਼ਿੰਦਗੀ ਫੁੱਲ ਤੋਂ ਜ਼ਿਆਦਾ ਨਹੀਂ ਹੁੰਦੀ। ਸਵੇਰੇ ਫੁੱਲ ਖਿੜਿਆ, ਤਰੇਲ ਦੀਆਂ ਬੂੰਦਾਂ ਪਈਆਂ ਨੇ। ਤਿੰਨ ਚਾਰ ਕਵੀ ਦਾਖਲ ਹੋਏ ਬਾਗ ਦੇ ਵਿੱਚ, ਉਹਨਾਂ ਦੇਖਿਆ ਫੁੱਲ ਦੇ ਉੱਪਰ ਤਰੇਲ ਦੀਆਂ ਬੂੰਦਾਂ। ਉਹਨਾਂ ਸਾਰਿਆਂ ਨੇ ਆਪੋ ਆਪਣੀ ਕਵਿਤਾ ਕਹੀ। ਇੱਧਰੋਂ ਸੂਰਜ ਨਿਕਲ ਰਿਹਾ, ਸੂਰਜ ਦੀਆਂ ਕਿਰਨਾਂ ਉਸ ਫੁੱਲ ਉੱਪਰ ਪੈ ਰਹੀਆਂ ਨੇ, ਤਰੇਲ ਦੀਆਂ ਬੂੰਦਾਂ ਮੋਤੀਆਂ ਵਾਂਗੂ ਚਮਕਦੀਆਂ ਨੇ, ਹਵਾ ਚੱਲਦੀ ਹੈ, ਫੁੱਲ ਝੂਮਦਾ ਹੈ। ਕਵੀ ਨੇ ਗੀਤ ਲਿਖਿਆ ਵੀ ਫੁੱਲ ਬਹੁਤ ਖੁਸ਼ ਹੈ। ਦੂਸਰੇ ਨੇ ਕਵਿਤਾ ਲਿਖੀ ਵੀ ਫੁੱਲ ਮੁਸਕਰਾ ਰਿਹਾ ਹੈ। ਤੀਸਰੇ ਨੇ ਕਵਿਤਾ ਲਿਖੀ ਨੇ ਖੁਸ਼ੀ ਦੇ ਗੀਤ ਗਾ ਰਿਹਾ ਹੈ। ਇੱਕ ਹੋਰ ਕਵੀ ਖੜਾ ਆਖਦਾ ਵੀ ਫੁੱਲ ਧਾਹਾਂ ਮਾਰ ਕੇ ਰੋਂਦਾ ਪਿਆ ਹੈ। ਬਾਕੀ ਕਵੀਆਂ ਦਾ ਧਿਆਨ ਉੱਧਰ ਖਿੱਚਿਆ ਗਿਆ, ਫੁੱਲ ਰੋ ਰਿਹਾ। ਅਸੀਂ ਕਹਿ ਰਹੇ ਹਾਂ ਫੁੱਲ ਖੁਸ਼ ਹੈ, ਫੁੱਲ ਪ੍ਰਸੰਨ ਹੈ, ਗਾ ਰਿਹਾ ਹੈ, ਮੁਸਕਰਾ ਰਿਹਾ ਹੈ, ਹੱਸ ਰਿਹਾ ਹੈ। ਤੂੰ ਕਹਿੰਦਾ ਰੋ ਰਿਹਾ ਹੈ, ਤੈਨੂੰ ਕਿਵੇਂ ਪਤਾ ਰੋ ਰਿਹਾ? ਕਹਿੰਦਾ ਗਾ ਦੇਖਦੇ ਨੀ ਪੰਖੜੀ ਦੇ ਉੱਪਰ ਹੰਝੂ, ਇਹ ਤਰੇਲ ਦੀ ਬੂੰਦ ਥੋੜੀ ਹੈ, ਇਸ ਫੁੱਲ ਦਾ ਹੰਝੂ ਹੈ, ਇਸ ਫੁੱਲ ਦਾ ਅੱਥਰੂ ਹੈ, ਇਹ ਰੋ ਰਿਹਾ ਹੈ। ਕਿਉਂ ਰੋ ਰਿਹਾ ਹੈ? ਕਹਿੰਦਾ ਗਾ ਦੇਖ ਨੀ, ਇਹ ਸੂਰਜ ਵੱਲ ਦੇਖ ਕੇ ਰੋ ਰਿਹਾ, ਇਹਦਾ ਸੂਰਜ ਵਾਲੇ ਪਾਸੇ ਮੂੰਹ ਹੈ, ਇਹ ਫੁੱਲ ਸੂਰਜ ਨੂੰ ਦੇਖ ਕੇ ਰੋ ਰਿਹਾ। ਉਹ ਹੈਰਾਨ ਹੋਏ ਕਵੀ, ਕਿਰਨ ਗੱਭੀ ਹੈ, ਸਾਨੂੰ ਇਸ ਫੁੱਲ ਦਾ ਹੰਝੂ ਤੇ ਨਜ਼ਰ ਆ ਗਿਆ, ਅੱਥਰੂ ਦਿਸ ਗਿਆ, ਤਰੇਲ ਦੀ ਬੂੰਦ ਨਹੀਂ ਅੱਥਰੂ ਹੈ, ਤੇਰੀ ਕਲਪਨਾ ਦੀ ਉਡਾਰੀ ਬਾ ਕਮਾਲ ਹੈ, ਸੂਰਜ ਵੱਲ ਮੂੰਹ ਵੀ ਇਹਨੇ ਕੀਤਾ ਹੋਇਆ, ਪਰ ਰੋ ਕੀ ਰਿਹਾ ਇਹ ਵੀ ਤੇ ਦੱਸ ਨਾ। ਕਹਿੰਦਾ ਰੋ ਇਸ ਕਰਕੇ ਰਿਹਾ, ਫੁੱਲ ਪੁਕਾਰ ਕੇ ਆਖਦਾ, ਉਹ ਸੰਸਾਰ ਦੇ ਲੋਵੋ, ਮੈਂ ਰੋਜ਼ ਚੜ੍ਹਦਾ ਸੂਰਜ ਦੇਖਦਾ, ਪਰ ਅੱਜ ਤੱਕ ਮੈਂ ਕਦੇ ਡੁੱਬਦਾ ਸੂਰਜ ਨਹੀਂ ਦੇਖਿਆ। ਸੂਰਜ ਡੁੱਬਣ ਤੋਂ ਪਹਿਲਾਂ ਜਾਂ ਕੋਈ ਤੋੜ ਕੇ ਲੈ ਜਾਂਦਾ, ਜਾਂ ਜ਼ਮਾਨੇ ਦੀ ਹਵਾ ਤੋੜ ਕੇ ਜ਼ਮੀਨ 'ਤੇ ਸੜ ਦਿੰਦੀ ਹੈ। ਮੈਂ ਚੜ੍ਹਦਾ ਸੂਰਜ ਰੋਜ਼ ਦੇਖਦਾ, ਪਰ ਡੁੱਬਦਾ ਸੂਰਜ ਮੈਨੂੰ ਦੇਖਣਾ ਨਸੀਬ ਨਹੀਂ ਹੋਇਆ। ਫੂਲ ਖਿਲਤਾ ਹੈ ਮੁਰਝਾਨੇ ਕਾ ਤਖਿਆਲ ਲੇਕਰ, ਜਿਸੇ ਹੰਸਤਾ ਹੁਆ ਪਾਓਗੇ ਵੋ ਪਰੇਸ਼ਾਨ ਹੋਗਾ। ਕੀ ਪਤਾ ਅੱਜ ਫੁੱਲ ਖਿੜਿਆ, ਉਹਨੇ ਡੁੱਬਦਾ ਸੂਰਜ ਦੇਖਣਾ ਨਹੀਂ ਦੇਖਣਾ, ਆਹੀ ਮਨੁੱਖ ਦੀ ਜ਼ਿੰਦਗੀ ਹੈ। ਕੀ ਪਤਾ ਅੱਜ ਦੀ ਜ਼ਿੰਦਗੀ ਦਾ ਮੈਂ ਚੜ੍ਹਦਾ ਸੂਰਜ ਦੇਖਿਆ, ਕੱਲ੍ਹ ਦੇਖਾਂ ਨਾ ਦੇਖਾਂ। ਇਸੇ ਕਰਕੇ ਮਨੁੱਖ ਦਾ ਨਾਮ ਆਦਮੀ ਹੈ ਨਾ। ਆਦਮੀ ਦਾ ਮਤਲਬ ਹੀ ਹੁੰਦਾ ਕਿ ਦਮ ਆਇਆ, ਤੇ ਆਦਮੀ
ਨਹੀਂ ਤਾਂ ਮਾਇਆ ਤੇ ਸਵਾਦੀ ਢੇਰੀ ਹੈ। ਹਮ ਆਦਮੀ ਹਾਂ ਇੱਕ ਦਮੀ, ਮੋਹਲਤ ਮੋਹਤ ਨਾ ਜਾਣਾ, ਨਾਨਕ ਬਿਨਵੈ ਕਿਸੈ ਸਰੇਵੋ, ਜਾਕੇ ਜੀ ਪ੍ਰਾਣਾ, ਅੰਧੇ ਜੀਵਨਾ ਵਿਚਾਰ, ਦੇਖ ਕਿਤੇ ਕੇ ਦਿਨਾਂ। ਤੂੰ ਜ਼ਿੰਦਗੀ ਵਿਚਾਰਿਆ ਕਰ, ਕਿੰਨੇ ਕੁ ਦਿਨ ਜਿਉਣਾ ਹੈ, ਜਿੱਦਣ ਵਿਚਾਰ ਕਰੇਗਾ ਸਮਝ ਲੱਗ ਜਾਏਗੀ ਇੱਕ ਪਾਲੀ ਜਿਉਣਾ, ਇੱਕ ਦਮ ਹੀ ਜਿਉਣਾ, ਜਿਹੜਾ ਦਮ ਗਿਆ ਬਸ ਉਸੇ ਨੇ ਨਿਕਲਣਾ, ਅਗਲੇ ਦੀ ਕੋਈ ਗਰੰਟੀ ਨਹੀਂ ਹੈ। ਇਸੇ ਕਰਕੇ ਫੁੱਲ ਕਿਹਾ ਨਾ, ਧਨ ਜੋਬਨ ਅਰ ਫੁੱਲੜਾ, ਨਾਠੀਏੜੇ ਦਿਨ ਚਾਰ, ਪੱਬਣ ਕੇਰੇ ਪਤ ਜਿਉ, ਢਲ ਢੁੱਲ ਜੁੰਮਣ ਹਾਰ, ਰੰਗ ਮਾਣ ਲੈ ਪਿਆਰਿਆ, ਕਦੋਂ ਲੜ ਝਗੜ ਕੇ ਦੁਨੀਆਂ 'ਚ ਜਾਣਾ, ਖੁਸ਼ੀ ਖੁਸ਼ੀ ਆਨੰਦ ਲੈ ਕੇ ਜਾਈ, ਉਸ ਰੱਬ ਦੀ ਯਾਦ ਵਿੱਚ ਜੁੜ ਕੇ ਜੀਵਨ ਸੋਹਣਾ ਬਣਾ ਕੇ ਜਾਈ, ਜਿਹੜੀ ਚਾਰ ਦਿਨ ਜ਼ਿੰਦਗੀ ਜਿਉਣੀ ਹੈ, ਰੰਗ ਮਾਣ ਲੈ ਪਿਆਰਿਆ, ਜਾਂ ਜੋਬਨ ਨੌਲਾ, ਦਿਨ ਥੋੜੜੇ ਥੱਕੇ ਭਇਆ ਪੁਰਾਣਾ ਜੋੜਾ। ਇਸ ਕਰਗਿਆਂ ਦੇ ਵਿੱਚ ਪਤਾ ਨਹੀਂ ਕਦੋਂ ਧਾਗਾ ਟੁੱਟ ਜਾਏ, ਚੰਦ ਸੂਰਜ ਉਹਨਾਂ ਨਲਕੀ ਨੇ ਚਲੀ ਚਲੇ ਜਾਣੇ, ਪਰ ਕਿਸੇ ਕਿਸੇ ਦੀ ਜ਼ਿੰਦਗੀ ਦਾ ਤਾਣਾ ਜਿਹੜਾ ਟੁੱਟ ਜਾਂਦਾ ਹੈ, ਕਿਸੇ ਕਿਸੇ ਦੀ ਜ਼ਿੰਦਗੀ ਦੀ ਬਣਦੀ ਹੋਈ ਚਾਦਰ ਟੁੱਟ ਜਾਂਦੀ, ਤਾਣਾ ਟੁੱਟ ਜਾਂਦਾ, ਚਾਦਰ ਖਤਮ ਹੋ ਜਾਂਦੀ ਹੈ। ਦੇਖ ਮੇਰੇ ਰੱਬ ਵੱਲੋਂ ਉਹਨੇ ਕਿੱਡਾ ਵੱਡਾ ਤਾਣਾ ਬਾਣਾ ਬਣਾਇਆ, ਜਗਤ ਧਰਤੀ ਤੇ ਆਕਾਸ਼ ਕੰਘੀ ਨੇ, ਜਿਹਦੇ ਦਰਮਿਆਨ ਜੀਵ ਪਲ ਪਲ ਵੱਡੇ ਹੋ ਰਹੇ ਨੇ, ਸੂਰਜ ਤੇ ਚੰਦਰਮਾ ਕੀ ਕਰਦੇ ਨੇ, ਉਹ ਸਮੇਂ ਨੂੰ ਬਣਾ ਰਹੇ ਨੇ, ਜਿਵੇਂ ਜਿਵੇਂ ਸਮੇਂ ਹੋਵੇ ਉਵੇਂ ਜ਼ਿੰਦਗੀ ਹੈ। ਅਸਲ ਵਿੱਚ ਜ਼ਿੰਦਗੀ ਹੈ ਹੀ ਸਮੇਂ ਦਾ ਨਾਮ ਹੈ, ਜ਼ਿੰਦਗੀ ਕੋਈ ਵੱਖਰੀ ਚੀਜ਼ ਨਹੀਂ ਹੈ, ਹੈ ਹੀ ਸਮੇਂ ਦਾ ਨਾਮ। ਜਦੋਂ ਮਨੁੱਖ ਆਖਦਾ ਮੇਰੀ ਉਮਰ ਲੰਬੀ ਹੋਵੇ, ਉਹ ਇਹ ਗੱਲ ਕਹਿੰਦਾ ਕਿ ਮੈਨੂੰ ਜ਼ਿੰਦਗੀ 'ਚ ਹੋਰ ਸਾਲ ਜਿਉਣ ਨੂੰ ਮਿਲ ਜਾਣਾ, ਮੇਰੀ ਜ਼ਿੰਦਗੀ ਦਾ ਸਮਾਂ ਵੱਧ ਜਾਏ। ਕੋਈ ਮਰੀਜ਼ ਹੋਵੇ, ਉਹ ਆਖਦਾ ਮੈਨੂੰ ਜ਼ਿੰਦਗੀ ਮਿਲ ਜਾਏ, ਉਹ ਇਹ ਗੱਲ ਆਖਦਾ ਵੀ ਮੈਂ ਮਹੀਨਾ ਹੋਰ ਜਿਉ ਲਵਾਂ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਜ਼ਿੰਦਗੀ ਨੂੰ ਸਮੇਂ ਨਾਲ ਤੁਲਨਾ ਦਿੱਤੀ, ਕਹਿੰਦੇ ਕਿ ਜਦੋਂ ਤੂੰ ਸਮਾਂ ਵਿਅਰਥ ਗਵਾਉਣਾ ਨਾ ਵਿਹਲਾ ਬਹਿ ਕੇ, ਤੂੰ ਜ਼ਿੰਦਗੀ ਵਿਅਰਥ ਗਵਾਉਣਾ, ਸਮਾਂ ਨਹੀਂ ਵਿਅਰਥ ਗਵਾਉਂਦਾ, ਸਮੇਂ ਨੇ ਤਾਂ ਸਦਾ ਹੀ ਰਹਿਣਾ, ਤੇਰੀ ਜ਼ਿੰਦਗੀ ਵਿਅਰਥ ਹੋ ਜਾਣੀ ਹੈ। ਜਿਹੜਾ ਕੰਮ ਕਰਨਾ ਸੀ ਉਹ ਕੀਤਾ ਨਹੀਂ, ਕਰਨੋ ਹੁਤੋ ਸੋ ਨਾ ਕੀਓ, ਪਰ ਉਹ ਲੋਭ ਕੈ ਫੰਦ, ਨਾਨਕ ਸਮੇਂ ਉਹ ਰੰਗ ਗਏ, ਆਪ ਕਿਉਂ ਰੋਵੋ ਤਾਂ, ਸਮਾਂ ਲੰਘ ਗਿਆ ਤੇਰੀ ਜ਼ਿੰਦਗੀ ਦਾ, ਹੁਣ ਕਦੋਂ ਰੋਣਾ, ਤੂੰ ਸਮਾਂ ਗਵਾਇਆ ਤੇਰੀ ਜ਼ਿੰਦਗੀ ਗਵਾਚ ਗਈ। ਘੰਟਿਆਂ ਦਾ ਉਹ ਖਜ਼ਾਨਾ ਹੈ ਜਿਹੜਾ ਅਸੀਂ ਜੋੜ ਨਹੀਂ ਸਕਦੇ, ਦੁਨਿਆਵੀ ਧਨ ਜੋੜ ਲਈਦਾ, ਬੁਢਾਪੇ 'ਚ ਕੰਮ ਆ ਜਾਏਗਾ, ਘੰਟਿਆਂ ਦਾ ਖਜ਼ਾਨਾ ਨਹੀਂ ਜੋੜਿਆ ਜਾਂਦਾ, ਇਹ ਤੇ ਹੱਥਾਂ 'ਚ ਆਇਆ ਆਇਆ ਖਰਚਣਾ ਹੀ ਪੈਂਦਾ। ਜਿਹਨੇ ਖਰਚ ਲਿਆ ਸਮੇਂ ਨੂੰ, ਉਹਨੇ ਸਮੇਂ ਦੇ ਖਜ਼ਾਨੇ ਨੂੰ, ਘੰਟਿਆਂ ਦੇ ਖਜ਼ਾਨੇ ਨੂੰ ਸਫਲ ਕਰ ਲਿਆ, ਜਿਹਨੇ ਨਹੀਂ ਖਰਚਿਆ ਉਹ ਤਾਂ ਵਿਅਰਥ ਹੋ ਗਿਆ। ਇਹ ਖਜ਼ਾਨਾ ਹੱਥੀਂ ਆਇਆ ਆਇਆ ਹੀ ਖਰਚਣਾ ਪੈਂਦਾ, ਹੱਥੋਂ ਨਿਕਲ ਜਾਏ ਵਿਅਰਥ ਹੋ ਜਾਂਦਾ, ਇਹਨੂੰ ਜੋੜਿਆ ਨਹੀਂ ਜਾ ਸਕਦਾ। ਮਨ ਚੰਦਰਮਾ ਤੇ ਸੂਰਜ ਦੋਨੇ ਸਾਥ ਨੇ, ਸਾਥ ਮੇਰੇ ਨਲਕੀ ਨੇ, ਸ਼ਟਲ ਨੇ, ਜਿਹੜੇ ਜ਼ਿੰਦਗੀ ਦਾ ਤਾਣਾ ਤਣੀ ਚਲੇ ਜਾਂਦੇ ਨੇ। ਰੋਜ਼ ਜ਼ਿੰਦਗੀ ਵਿੱਚ ਇੱਕ ਦਿਨ ਇੱਕ ਰਾਤ ਜੁੜ ਜਾਂਦੀ ਹੈ, ਵਾਰੀ ਸਿਰ ਕਦੀ ਸੂਰਜ ਆ ਜਾਂਦਾ, ਕਦੀ ਚੰਦਰਮਾ ਆ ਜਾਂਦਾ, ਕਦੀ ਦਿਨ ਆ ਜਾਂਦਾ, ਕਦੀ ਰਾਤ ਆ ਜਾਂਦੀ ਹੈ, ਵਾਰੀ ਸਿਰ ਮਾਨੋ ਰੱਬ ਦੇ ਇਸ ਕਰਕੇ ਦੇ ਵਿੱਚ, ਧਰਤੀ ਤੇ ਆਸਮਾਨ ਦੇ ਦਰਮਿਆਨ ਰੱਬ ਦੇ ਸਕਰਕੇ ਇਸ ਖੱਡੀ ਦੇ ਵਿੱਚ ਸੂਰਜ ਚੰਦਰਮਾ ਜ਼ਿੰਦਗੀ ਦਾ ਤਾਣਾ ਤਣਦੇ ਨੇ, ਜੀਵਨ ਨੂੰ ਜ਼ਿੰਦਗੀ ਮਿਲ ਰਹੀ ਹੈ। ਤੇ ਜੁਲਾਹੇ ਦੀ ਇਸ ਸ਼ਕਲ ਦਾ ਕੋਈ ਭਰੋਸਾ ਥੋੜ੍ਹੇ ਹੁੰਦਾ ਕਦੋਂ ਧਾਗਾ ਟੁੱਟ ਜਾਏ, ਇਹ ਸਵਾਸਾਂ ਦਾ ਵੀ ਕੋਈ ਪਤਾ ਨਹੀਂ ਕਦੋਂ ਧਾਗਾ ਟੁੱਟ ਜਾਏ, ਕੀ ਪਤਾ ਹੈ। ਅਗਲੇ ਬਚਨ ਕੀਤੇ ਭਗਤ ਕਬੀਰ ਜੀ ਨੇ, ਕਹਿੰਦੇ ਕਿ ਤਰਨ ਆਕਾਸ਼ ਕੀ ਕਰ ਕਹਿ ਬਣਾਈ, ਚੰਦ ਸੂਰਜ ਦੋਏ ਸਾਥ ਚਲਾਈ, ਪਾਈ ਜੋਰ ਬਾਂਤ ਇੱਕ ਕੀਨੀ, ਤੈਂ ਤਾਂਤੀ ਮਨ ਮਾਨਾ, ਪਾਈ ਜੋਰ
ਭਾਈ ਮੈਨੇ ਪੱਗਾਂ ਨੂੰ ਜੋੜ ਕੇ ਪੈਰਾਂ ਦੇ ਨਾਲ ਜਲਾਹਾ ਵੀਰ ਜਿਹੜਾ ਉਹ ਨਾਲ ਨਾਲ ਪੈਰਾਂ ਦੇ ਨਾਲ ਪੱਗਾਂ ਦੇ ਉੱਪਰ ਵੀ ਉਹ ਜ਼ੋਰ ਦਿੰਦੇ। ਜਿਹੜੇ ਪੈਰਾਂ ਵਿੱਚ ਉਹਨੇ ਲੱਕੜ ਦੀਆਂ ਬਣਾਈਆਂ ਨੇ ਜੋੜੀਆਂ, ਉਹਨਾਂ ਦੇ ਉੱਪਰ ਵੀ ਪੈਰ ਰੱਖ ਕੇ ਉਹਨਾਂ ਨੂੰ ਦਬਾਉਂਦੇ ਤਾਂ ਕਿ ਕੰਘੀ ਵਿਚਲਾ ਜਿਹੜਾ ਤਾਣਾ ਉੱਪਰ ਥੱਲੇ ਹੋ ਸਕੇ। ਜਦੋਂ ਧਾਗਾ ਉੱਪਰ ਥੱਲੇ ਹੁੰਦਾ ਤੇ ਨਲਕੀ ਵਿੱਚ ਚੱਲਦੀ ਹੈ, ਉਹ ਧਾਗਾ ਪਰੋਇਆ ਚਲਾ ਜਾਂਦਾ। ਜਿਨ੍ਹਾਂ ਪੁਰਾਣੇ ਬਜ਼ੁਰਗਾਂ ਨੇ ਦੇਖੀ ਹੋਏਗੀ ਖੰਡੀ, ਉਹਨਾਂ ਨੂੰ ਪਤਾ ਹੈ ਕਿ ਜੁਲਾਹਾ ਨਾਲ ਨਾਲ ਪੈਰਾਂ ਦੇ ਨਾਲ ਪੋਵਿਆਂ ਦੇ ਨਾਲ ਉਹਨਾਂ ਲੱਕੜਾਂ ਦੀ ਜੋੜੀ ਨੂੰ ਵੀ ਉੱਪਰ ਥੱਲੇ ਕਰਦਾ, ਉਹ ਵੀ ਉੱਪਰ ਥੱਲੇ ਕਰਦਾ। ਉਹ ਟੈਕਨੀਕ ਪੁਰਾਣੀ ਹੈ ਭਗਤ ਕਬੀਰ ਦੇ ਜ਼ਮਾਨੇ ਦੀ, 550-600 ਸਾਲ ਪੁਰਾਣੀ। ਅੱਜ ਉਹਨੂੰ ਸਿਰਫ ਮਸ਼ੀਨੀ ਰੂਪ ਦੇ ਦਿੱਤਾ ਗਿਆ, ਟੈਕਨੀਕ ਉਹੀ ਪੁਰਾਣੇ ਜ਼ਮਾਨੇ ਦੀ ਚੱਲ ਰਹੀ। ਕਹਿਣ ਲੱਗੇ ਕੀ ਹੋਇਆ, ਪਾਈ ਜ਼ੋਰ ਪੈਰਾਂ ਦੇ ਜ਼ੋਰ ਨਾਲ ਜਦੋਂ ਤਾਣੇ ਨੂੰ ਉੱਪਰ ਉੱਪਰ ਥੱਲੇ ਕੀਤਾ ਜਾਂਦਾ ਰਿਹਾ, ਬਾਤ ਇੱਕ ਕਿੰਨੀ ਕਹਿੰਦੇ ਕਿ ਇੱਕ ਬਾਤ ਬਣ ਗਈ, ਇੱਕ ਚਾਦਰ ਬਣ ਗਈ, ਇੱਕ ਜ਼ਿੰਦਗੀ ਦੀ ਕਹਾਣੀ ਬਣ ਗਈ। ਉਸ ਰੱਬ ਨੇ ਸਾਹ ਦਿੱਤੇ, ਜ਼ਿੰਦਗੀ ਦਾ ਤਾਣਾ ਪੇਟਾ ਚਲਾਇਆ, ਜ਼ਿੰਦਗੀ ਦੀ ਇੱਕ ਕਹਾਣੀ ਬਣ ਗਈ। ਉਸ ਰੱਬ ਜੁਲਾਹੇ ਦੇ ਸਦਕਾ ਪਾਈ ਜ਼ੋਰ, ਬਾਤ ਇੱਕ ਕਿੰਨੀ ਤਹ ਤੰਤੀ ਮਨ ਮਾਨਾ, ਤੰਤੀ ਮੈਨੇ ਜੁਲਾਹਾ। ਕਹਿੰਦੇ ਕਿ ਉਸ ਜੁਲਾਹੇ ਰੱਬ ਵਿੱਚ ਮਨ ਮੰਨ ਗਿਆ, ਮੇਰਾ ਸਮਝ ਲੱਗ ਗਈ ਹੈ ਇਹ ਸੰਸਾਰ ਵੀ ਬੜਾ ਵੱਡਾ ਤਾਣਾ ਪੇਟਾ ਹੈ, ਸੰਸਾਰ ਵੀ ਜਿਹੜਾ ਬੜਾ ਵੱਡਾ ਇੱਕ ਮਨੋ ਅਕਾਲ ਪੁਰਖ ਦਾ ਤਣਿਆ ਹੋਇਆ ਤਾਣੇ, ਜਿਹਦੇ ਵਿੱਚ ਜੀਵ ਜਿਹੜੇ ਨੇ ਉਹ ਆਪਣੀ ਜ਼ਿੰਦਗੀ ਜਿਉ ਰਹੇ ਨੇ, ਕਈਆਂ ਦੇ ਧਾਗੇ ਟੁੱਟ ਜਾਂਦੇ ਨੇ, ਕਈਆਂ ਦੀ ਜ਼ਿੰਦਗੀ ਚੱਲ ਰਹੀ ਹੈ। ਜਦੋਂ ਉਹਦੇ ਵੱਲ ਦੇਖਿਆ ਕਿ ਸਮਝ ਪੈ ਗਈ, ਮੈਨੂੰ ਭੇਤ ਸਮਝ ਲੱਗ ਗਈ, ਜਿਹੜਾ ਰੱਬ ਜਿਹਦਾ ਭੇਤ ਕੋਈ ਜਾਣਦਾ ਨਹੀਂ ਸੀ, ਕੋਰੀ ਕੋ ਕਾਹੂ ਮਰਮ ਨਾ ਜਾਣਾ, ਮੈਨੂੰ ਸਮਝ ਪੈ ਗਈ ਉਹ ਕੋਰੀ ਹੈ, ਉਹ ਜਲਾ ਹੈ, ਤੇ ਉਸ ਜਲਾਹੇ ਨਾਲ ਮੇਰਾ ਮਨ ਬਣ ਗਿਆ। ਤਹਿ ਤੰਤੀ ਮਨ ਮਾਨਾ, ਉਸ ਤੰਤੀ ਨਾਲ ਉਸ ਜੁਲਾਹੇ ਨਾਲ ਮੇਰਾ ਮਨ ਵਿੱਚ ਗਿਆ। ਤੇ ਇੱਕ ਗੱਲ ਦੀ ਹੋਰ ਸਮਝ ਆ ਗਈ, ਬ੍ਰਾਹਮਣ ਅੱਜ ਤੋਂ ਬਾਅਦ ਮੈਨੂੰ ਮਾੜਾ ਨਾ ਕਹੀ। ਕਿਉਂ? ਕਹਿੰਦਾ ਕਿ ਰੱਬ ਜੁਲਾਹ ਹੈ ਨਾ, ਉਹਨੇ ਏਡਾ ਵੱਡਾ ਤਾਣਾ ਤਣਿਆ ਹੋਇਆ ਹੈ, ਇਹਦਾ ਮਤਲਬ ਮੇਰਾ ਹੀ ਵੱਡਾ ਵਡੇਰਾ ਬਜ਼ੁਰਗ ਹੈ, ਕਿਉਂਕਿ ਮੈਂ ਉਸੇ ਖਾਨਦਾਨ ਵਿੱਚੋਂ ਹਾਂ ਨਾ, ਤੇ ਮੇਰਾ ਵੱਡਾ ਵਡੇਰਾ ਬਜ਼ੁਰਗ ਹੈ। ਤੂੰ ਮੈਨੂੰ ਮਾੜਾ ਕਹਿੰਦਾ ਰੱਬ ਨੂੰ ਕੀ ਕਹੇਗਾ, ਮੈਂ ਤੂੰ ਮੈਨੂੰ ਕਹਿੰਦਾ ਮੈਂ ਨਹੀਂ ਚਾਹ, ਰੱਬ ਨੂੰ ਕੀ ਕਹੇਗਾ, ਉਹ ਮੇਰਾ ਵੱਡਾ ਵਡੇਰਾ ਬਜ਼ੁਰਗ ਹੈ, ਔਰ ਮੇਰੇ ਨਾਲ ਖੜਿਆ ਫਿਰ। ਤੇ ਇੱਕ ਚੀਜ਼ ਮੈਨੂੰ ਹੋਰ ਵੀ ਪਤਾ ਲੱਗ ਗਈ, ਮੈਂ ਇਕੱਲਾ ਹੀ ਸਾਂ, ਭਟਕਦਾ ਫਿਰਦਾ ਸਾਂ ਦੁਨੀਆ 'ਚ ਆਇਆ, ਪਤਾ ਨਹੀਂ ਮੈਂ ਕੌਣ ਹਾਂ, ਕੌਣ ਨਹੀਂ ਹਾਂ ਮੈਂ। ਅੱਜ ਮੈਨੂੰ ਆਪਣਾ ਘਰ ਲੱਭ ਗਿਆ, ਹੈ ਮੇਰਾ ਬਜ਼ੁਰਗ ਤੇ ਵੱਡਾ ਵਡੇਰਾ ਰੱਬ ਹੈ, ਮੈਨੂੰ ਮੇਰਾ ਘਰ ਲੱਭ ਗਿਆ, ਅੱਜ ਮੈਂ ਆਪਣੇ ਘਰ ਦੀ ਪਛਾਣ ਕਰ ਲਈ, ਹੁਣ ਤੂੰ ਭਟਕਦਾ ਫਿਰ ਮੈਨੂੰ ਮੇਰਾ ਘਰ ਮਿਲ ਗਿਆ, ਹੁਣ ਮੈਂ ਨਹੀਂ ਭਟਕਾਂਗਾ। ਤੂੰ ਰੱਬ ਨੂੰ ਖੋਜਦਾ ਫਿਰ ਜੰਗਲ ਪਹਾੜ ਆਸਮਾਨ ਪਤਾਲ, ਮੈਨੂੰ ਮੇਰਾ ਘਰ ਲੱਭ ਗਿਆ, ਮੇਰਾ ਵੱਡਾ ਵਡੇਰਾ ਬਜ਼ੁਰਗ ਮੇਰਾ ਰੱਬ ਹੈ, ਜਿਹਨੇ ਏਡਾ ਵੱਡਾ ਤਾਣਾ ਪੇਟਾ ਚਲਾਇਆ ਹੋਇਆ, ਇੰਨੀ ਦੁਨੀਆਂ ਨੂੰ ਤਣ ਰਿਹਾ, ਏਡਾ ਤਾਣਾ ਬਣਾ ਜਿਹਨੇ ਪਸਾਰਿਆ ਹੋਇਆ, ਮੈਂ ਉਸੇ ਦੀ ਔਲਾਦ ਹਾਂ, ਮੈਂ ਉਸੇ ਦੀ ਅੰਸ਼ ਹਾਂ। ਕਹੋ ਕਬੀਰ ਇਹ ਰਾਮ ਕੀ ਅੰਸ਼, ਜਸ ਕਾਗਰ ਕਾਗਦ ਪਰ ਮਿਟੈ ਨਾ ਮੰਸ। ਕਹਿੰਦੇ ਲੱਗੇ ਮੈਂ ਉਸੇ ਰਾਮ ਦੀ ਅੰਸ਼ ਆ, ਮੈਨੂੰ ਮੇਰਾ ਘਰ ਲੱਭ ਗਿਆ, ਮੇਰਾ ਖਾਨਦਾਨ ਲੱਭ ਗਿਆ, ਮੇਰਾ ਖਾਨਦਾਨ ਮੇਰਾ ਅਕਾਲ ਪੁਰਖ ਹੈ। ਅਗਲੇ ਬਚਨ ਕਹੇ ਭਗਤ ਕਬੀਰ ਜੀ ਨੇ, ਪਾਈ ਜ਼ੋਰ ਬਾਤ ਇੱਕ ਕੀਨੀ ਤਹਿ ਤਾਂਤੀ ਮਨ ਮਾਨਾ, ਜੋ ਲਾਹੇ ਕਰ ਆਪਣਾ ਚੀਨਾ, ਘੱਟ ਹੀ ਰਾਮ ਪਛਾਨਾ। ਜੋ ਲਾਹੇ ਕਰ ਆਪਣਾ ਚੀਨਾ, ਚੀਨਾ ਮੈਨੇ ਪਛਾਣ ਲਿਆ। ਲੱਗੇ ਇਸ ਕਬੀਰ ਜੁਲਾਹੇ ਨੇ ਆਪਣਾ ਘਰ ਲੱਭ ਲਿਆ, ਪਛਾਣ ਕਰ ਲਈ ਆਪਣੇ ਘਰ ਦੀ, ਚੀਨਾ ਮੈਨੇ ਪਛਾਣ ਲਿਆ। ਜੁਲਾਹੇ ਘਰ ਆਪਣਾ ਚੀਨਾ, ਘੱਟ ਹੀ ਰਾਮ ਪਛਾਨਾ, ਮੈਂ ਆਪਣੇ ਅੰਦਰੋਂ ਹੀ ਰਮੇ ਹੋਏ ਰਾਮ ਨੂੰ ਪਛਾਣ ਲਿਆ, ਮੇਰੇ ਖੂਨ ਵਿੱਚ ਉਹਦੀ ਅੰਸ਼ ਹੈ, ਉਹ ਮੇਰਾ ਵੱਡਾ ਵਡੇਰਾ ਬਜ਼ੁਰਗ ਜੋ ਹੈ,
ਮੈਂ ਉਸੇ ਦੀ ਔਲਾਦ ਹਾਂ, ਉਸੇ ਦਾ ਪੋਤਾ ਪੜਪੋਤਰਾ ਨੱਤਾ ਸੱਤਾ ਵਾਂ, ਮੈਂ ਉਸੇ ਦੀ ਅੰਸ਼ ਦੇ ਵਿੱਚੋਂ ਹੀ ਹਾਂ। ਮੈਂ ਹੁਣ ਪਛਾਣ ਲਿਆ ਮੇਰੇ ਅੰਦਰ ਉਸ ਰਾਮ ਦੀ ਅੰਸ਼ ਹੀ ਹੈ, ਮੈਂ ਉਸੇ ਦਾ ਹੀ ਬੱਚਾ ਵਾਂ, ਉਹੀ ਮੇਰਾ ਵੱਡਾ ਵਡੇਰਾ ਬਜ਼ੁਰਗ ਹੈ। ਹੁਣ ਦੱਸ ਇਹ ਜੁਲਾਹੇ ਇਹ ਬ੍ਰਾਹਮਣ ਵੀਰ, ਹੁਣ ਦੱਸ ਮੈਨੂੰ ਨੀਚ ਕਹੇਗਾ ਮਾੜਾ ਕਹੇਗਾ? ਜੇ ਮੈਨੂੰ ਮਾੜਾ ਕਹੇਗਾ ਰੱਬ ਨੂੰ ਕੀ ਕਹੇਗਾ? ਤੂੰ ਇਕੱਲਾ ਤੁਰਿਆ ਫਿਰਦਾ, ਮੈਂ ਆਪਣਾ ਘਰ ਲੱਭ ਲਿਆ। ਤੂੰ ਭਟਕਦਾ ਫਿਰਦਾ, ਮੈਂ ਘਰ ਲੱਭ ਲਿਆ। ਤੂੰ ਮੈਨੂੰ ਕੀ ਕਹੇਗਾ? ਮੇਰੇ ਨਾਲ ਰੱਬ ਖੜਿਆ ਕਰ, ਜੇ ਮੇਰੇ ਨਾਲ ਰੱਬ ਖੜਿਆ ਕਰ, ਤੇਰੀ ਕੀ ਮਜ਼ਾਲ ਮੈਨੂੰ ਕੁਛ ਕਹਿ ਸਕੇ। ਲੋਕਾਂ ਕਦੀ ਸਵਾਲ ਕੀਤਾ ਸੀ ਭਗਤ ਕਬੀਰ ਨੂੰ, ਭਗਤ ਕਬੀਰ ਤੈਨੂੰ ਕਦੀ ਹਾਥੀ ਅੱਗੇ ਸੁੱਟਿਆ ਜਾਂਦਾ ਰਿਹਾ, ਕਦੀ ਪਾਣੀ 'ਚ ਡੋਬਿਆ ਜਾਂਦਾ ਰਿਹਾ, ਮੁਕੰਦ ਬਾਹਮਣ ਵਰਗੇ ਤੈਨੂੰ ਇੱਟਾਂ ਮਾਰਨ ਆਉਂਦੇ ਰਹੇ, ਤੂੰ ਹਰ ਵਾਰੀ ਬਚ ਜਾਂਦੇ, ਕੀ ਕਾਰਨ? ਭਗਤ ਕਬੀਰ ਜੀ ਨੇ ਉਦਾਹਰਨ ਦਿੱਤੀ, ਫਿਰ ਕਹਿੰਦੇ ਜੇ ਕੋਈ ਮਨੁੱਖ ਪਹਾੜ ਦੀ ਚੋਟੀ 'ਤੇ ਖੜਾ ਹੋਵੇ ਅਤੇ ਮੈਦਾਨੀ ਇਲਾਕੇ ਦੇ ਲੋਕ ਉਸ ਮਨੁੱਖ ਨੂੰ ਤੀਰ ਮਾਰਨ, ਨੇਜ਼ੇ ਮਾਰਨ, ਬਰਸ਼ੇ ਮਾਰਨ, ਲੋਕਾਂ ਦੇ ਹਥਿਆਰ ਪਹਾੜ ਦੀ ਚੋਟੀ ਤੱਕ ਪਹੁੰਚ ਨਹੀਂ ਸਕਦੇ, ਅਤੇ ਪਹਾੜ ਕਦੀ ਡੋਲਦਾ ਨਹੀਂ ਹੈ, ਹਿਲਦਾ ਨਹੀਂ ਹੈ ਵੀ ਉਸ ਮਨੁੱਖ ਨੂੰ ਥੱਲੇ ਸੁੱਟ ਦੇਵੇ। ਬਸ ਆਹ ਮੇਰੀ ਹਾਲਤ ਹੈ। ਲੋਕ ਅਜੇ ਮੈਦਾਨੀ ਸਫ਼ਰ ਹੀ ਤੁਰੇ ਫਿਰਦੇ ਨੇ, ਮੈਂ ਚੜਿਆ ਵਾਂ ਇੱਕ ਅਵਕਟ ਘਾਟੀ, ਰਾਮ ਕੀਤਾ ਚੜ੍ਹ ਲੋਕ ਵੀ, ਲੋਕ ਪੰਡਤ ਪਿੱਛੇ ਤੁਰੇ ਜਾ ਰਹੇ ਨੇ ਕਿਉਂਕਿ ਤੁਰਨਾ ਆਸਾਨ ਹੁੰਦਾ, ਸਪਾਟ ਰਸਤੇ 'ਤੇ ਤੁਰਨਾ ਆਸਾਨ ਹੁੰਦਾ, ਚੜ੍ਹਨਾ ਔਖਾ ਹੁੰਦਾ। ਚੜ੍ਹਨਾ ਕਿਸੇ ਜਿਗਰੇ ਵਾਲੇ ਦਾ ਕੰਮ ਹੈ, ਅਤੇ ਰੱਬ ਜਿਹੜਾ ਉਹ ਉੱਚਾ ਹੈ, ਉੱਚ ਅਪਾਰ ਗ੍ਰੰਥ ਸਵਾਮੀ ਕੌਣ ਜਾਣੇ, ਹੁਣ ਤੇਰੇ ਵੱਡਾ ਸਾਹਿਬ ਉੱਚਾ ਥਾਂ, ਉੱਚੇ ਉੱਪਰ ਉੱਚਾ ਨਾ, ਉਹ ਉੱਚਾ ਹੈ, ਇਹੋ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਿਆ। ਸੋ ਇਸ ਕਰਕੇ ਧਰਮ ਦਾ ਰਸਤਾ ਸਪਾਟ ਨਹੀਂ ਹੈ, ਪੌੜੀਆਂ ਵਾਲਾ ਰਸਤਾ ਇਹ, ਅਤੇ ਪੌੜੀਆਂ ਦਾ ਮਤਲਬ ਇਹ ਨਹੀਂ ਵੀ ਬਾਹਰੋਂ ਚੜ੍ਹਨਾ, ਆਤਮਕ ਉਚਾਈ 'ਤੇ ਚੜ੍ਹਨਾ। ਇਹ ਤਰਾਹ ਪੱਤ ਪਵੜੀਆਂ ਚੜੀਏ ਹੋਈ ਇਕੀਸ, ਇਹ ਰਸਤਾ ਪੌੜੀਆਂ ਵਾਲਾ ਹੈ, ਜਿਹੜਾ ਧਰਮ ਦਾ ਰਸਤਾ ਹੈ ਨਾ ਉਹ ਪੌੜੀਆਂ ਵਾਲਾ ਚੜ੍ਹਨਾ ਪੈਂਦਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋਵਿਡ ਭਾਗੀ ਪਾਏ ਕੋਈ ਵੱਡੀਆਂ ਭਾਗਾਂ ਵਾਲਾ ਪਾਉਂਦਾ, ਇਹ ਧਰਮ ਦਾ ਰਸਤਾ ਹੀ ਪੌੜੀਆਂ ਵਾਲਾ ਹੈ। ਇੱਥੇ ਆਤਮਕ ਉਚਾਈ 'ਤੇ ਚੜ੍ਹਨਾ ਬੜਾ ਔਖਾ ਹੈ, ਦੁਨੀਆਂ ਨਾਲ ਮਿਲ ਕੇ ਚੱਲਣਾ ਤਾਂ ਅਜੇ ਆਸਾਨ ਹੋ ਜਾਂਦਾ, ਹਾਲਾਂਕਿ ਲੋਕ ਤਾਂ ਮਿਲ ਕੇ ਵੀ ਨਹੀਂ ਚੱਲ ਪਾਉਂਦੇ, ਉਹ ਵੀ ਕਹਿੰਦੇ ਜਾਂਦੇ ਨੇ ਇੱਕ ਦੂਜੇ ਨਾਲ ਤੁਰਿਆ ਜਾਂਦਾ, ਅਤੇ ਜਿਹਨੇ ਆਤਮਕ ਉਚਾਈ 'ਤੇ ਚੜ੍ਹਨਾ ਹੋਵੇ। ਕਬੀਰ ਜਿਹੇ ਮਾਰਗ ਪੰਡਿਤ ਗਏ, ਪਾਛੇ ਪਰੀ ਬਹੀਰ, ਭੀੜਾਂ ਦੀਆਂ ਭੀੜਾਂ ਪੰਡਿਤ ਦੇ ਪਿੱਛੇ ਤੁਰੀਆਂ, ਸੌਖਾ ਰਸਤਾ ਤੁਰਨਾ ਸੌਖਾ ਹੈ, ਚੜ੍ਹਨਾ ਔਖਾ ਹੈ। ਇੱਕ ਅਵਕਟ ਘਾਟੀ ਰਾਮ ਕੀ, ਤੈ ਚੜ੍ਹ ਰਹੇ ਹੋ ਕਬੀਰ, ਮੈਂ ਅਵਕਟ ਘਾਟੀ ਦੇ ਉੱਪਰ ਚੜ੍ਹ ਗਿਆ, ਉਚਾਈ 'ਤੇ ਪਹੁੰਚ ਗਿਆ। ਏਵਡ ਉੱਚਾ ਹੋਵੇ ਕੋਈ ਤਿਸ ਉੱਚੇ ਕੋ ਜਾਣਾ ਹੈ, ਸੋਏ ਕਿਉਂਕਿ ਉਹ ਉੱਚਾ ਹੈ ਨਾ, ਵੱਡਾ ਸਾਹਿਬ ਉੱਚਾ ਥਾਂ, ਉੱਚੀ ਉੱਪਰ ਉੱਚਾ ਨਾਉ, ਏਵਡ ਉੱਚਾ ਹੋਵੇ ਕੋਏ ਤਿਸ ਉੱਚੇ ਕੋ ਜਾਣਾ, ਸੋਏ ਮੈਂ ਉਚਾਈ 'ਤੇ ਪਹੁੰਚ ਗਿਆ। ਹੁਣ ਕੀ ਹੋਇਆ, ਲੋਕ ਮੈਦਾਨੀ ਇਲਾਕਿਆਂ 'ਚੋਂ ਮੈਨੂੰ ਮਾਰਨਾ ਚਾਹੁੰਦੇ ਨੇ, ਮੇਰੀ ਚਮੜੀ ਨੂੰ ਤਾਂ ਭਾਵੇਂ ਨੁਕਸਾਨ ਪਹੁੰਚਾ ਦੇਣ, ਮੈਂ ਐਡਾ ਉੱਚਾ ਹੋ ਗਿਆ ਮੇਰੇ ਤੱਕ ਕਲੇਸ਼ ਨਹੀਂ ਪਹੁੰਚਦੀ, ਇੱਕ ਵੀ ਚੋਟ ਨਹੀਂ ਪਹੁੰਚਦੀ ਉਹਨਾਂ ਦੀ, ਚਮੜੀ ਨੂੰ ਭਾਵਾਂ ਖਤਮ ਕਰ ਦੇਣ, ਮੇਰੀ ਆਤਮਾ ਮੇਰੀ ਜ਼ਮੀਨ ਏਡੀ ਉੱਚੀ ਉੱਠ ਗਈ ਹੈ ਜਿੱਥੇ ਦੁਨੀਆਂ ਦੀ ਮੈਂ ਹੁਣ ਪਰਵਾਹ ਕਰਨੀ ਬੰਦ ਕਰ ਦਿੱਤੀ। ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਮੇਰੇ ਰੱਬ ਤੂੰ ਪਹਾੜ ਹੈ, ਮੈਂ ਤੇਰੀ ਉਚਾਈ ਤੱਕ ਪਹੁੰਚ ਗਿਆ, ਤੂੰ ਕਦੀ ਡੋਲਦਾ ਨਹੀਂ, ਮੈਂ ਡਿੱਗਦਾ ਨਹੀਂ, ਲੋਕ ਮੈਨੂੰ ਮਾਰ ਨਹੀਂ ਸਕਦੇ, ਤੂੰ ਮੇਰੋ ਮੇਰ ਪਰਬਤ ਸਵਾਮੀ, ਓਟ ਗਈ ਮੈਂ ਤੇਰੀ, ਨਾ ਤੂੰ ਡੋਲੋ, ਕਿਉਂਕਿ ਪਹਾੜ ਕਦੀ ਡੋਲਦੇ ਨਹੀਂ, ਭਾਵੇਂ ਲੱਖ ਚੱਖੜ ਲਾਈ ਜਾਣ, ਚੱਖੜ ਵਾਓ ਨਾ ਡੋਲਈ, ਪਰਬਤ ਮੇਰਾਣ, ਦੁਨਿਆਵੀ ਪਹਾੜ ਭਾਵੇਂ ਹਿੱਲ ਜਾਣ, ਰੱਬ ਥੋੜ੍ਹੇ ਹਿੱਲੇਗਾ।
ਹੋਂ ਵਾਰੀ ਵੰਝਾਂ ਘੋਲੀ ਵੰਝਾਂ, ਤੂੰ ਪਰਬਤ ਮੇਰਾ ਓਲਾ ਰਾਮ, ਤੂੰ ਮੇਰਾ ਪਹਾੜ ਹੈ, ਪਰਬਤ ਹੈ, ਤੂੰ ਡੋਲਦਾ ਨਹੀਂ ਨਾ ਮੈਂ ਡਿੱਗਦਾ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੇ ਹਰ ਮੇਰੀ, ਤੂੰ ਡੋਲਦਾ ਨਹੀਂ ਮੈਂ ਡਿੱਗਦਾ ਨਹੀਂ ਹਾਂ। ਜਿਹੜਾ ਸੱਚਮੁੱਚ ਰੱਬ ਨਾਲ ਜੁੜ ਜਾਂਦਾ ਹੈ ਨਾ, ਰੱਬ ਏਡਾ ਅਡੋਲ ਹੈ, ਰੱਬ ਨਾਲ ਜੁੜਿਆ ਮਨੁੱਖ ਡੋਲ ਹੀ ਨਹੀਂ ਸਕਦਾ। ਦੁਨਿਆਵੀ ਦੁੱਖ ਮੁਸੀਬਤਾਂ ਦੇ ਪਹਾੜ ਵੀ ਟੁੱਟ ਪੈਣ, ਰੱਬ ਨਾਲ ਜੁੜੇ ਹੋਏ ਨੂੰ ਕੋਈ ਡੁਲਾ ਹੀ ਨਹੀਂ ਸਕਦਾ। ਰੱਬ ਅਡੋਲ ਨਾਲ ਜੁੜ ਕੇ ਭਗਤ ਵੀ ਅਡੋਲ ਹੋ ਜਾਂਦਾ ਹੈ। ਅਸੀਂ ਤੇ ਪੈਰ ਪੈਰ ਤੇ ਡੋਲ ਜਾਂਦੇ ਹਾਂ, ਚਾਰ ਦਿਨ ਕੰਮ ਨਾ ਮਿਲੇ ਅਸੀਂ ਡੋਲ ਜਾਂਦੇ ਹਾਂ, ਚਾਰ ਦਿਨ ਸੁੱਖ ਨਾ ਮਿਲੇ ਸਾਡੀ ਦਸਤਾਰ ਗਵਾਚ ਜਾਂਦੀ ਹੈ, ਸਾਡੀ ਸਿੱਖੀ ਗਵਾਚ ਜਾਂਦੀ ਹੈ, ਸਿਧਾਂਤ ਗਵਾਚ ਜਾਂਦੇ ਨੇ, ਗੁਰਦੁਆਰੇ ਜਾਣਾ ਛੱਡ ਦਿੰਦੇ ਹਾਂ, ਛੱਡੋ ਪਰਾਂ। ਸਾਨੂੰ ਚਾਰ ਦਿਨ ਸੁੱਖ ਨਾ ਮਿਲੇ, ਚਾਰ ਦਿਨ ਸਾਡਾ ਕੰਮ ਨਾ ਚੱਲੇ, ਅਸੀਂ ਪੈਰ ਪੈਰ ਤੇ ਡੋਲ ਜਾਂਦੇ ਹਾਂ, ਘਬਰਾ ਜਾਂਦੇ, ਕਿੱਥੇ ਰੱਬ, ਕੌਣ ਹੈ ਦੇਣ ਵਾਲਾ ਸਾਨੂੰ। ਤੇ ਜਿਹੜੇ ਜੁੜੇ ਨੇ ਉਹ ਆਖਦੇ ਨੇ, ਤੂੰ ਦਾਨਾ ਅਬਚਲ ਤੁਹੀਂ, ਤੂੰ ਜਾਤ ਮੇਰੀ ਪਾਤੀ, ਤੂੰ ਅਡੋਲ ਕਦੇ ਡੋਲੇ ਨਾਹੀਂ, ਤਾਂ ਹਮ ਕੈਸੀ ਤਾਤੀ, ਤੂੰ ਡੋਲਦਾ ਨਹੀਂ ਮੈਂ ਤੇਰੇ ਨਾਲ ਜੁੜ ਕੇ ਮੈਂ ਵੀ ਅਡੋਲ ਹੋ ਗਿਆ, ਹੁਣ ਕਾਹਦੀ ਮੈਨੂੰ ਚਿੰਤਾ, ਹੁਣ ਮੇਰੀ ਚਿੰਤਾਵਾਂ ਖਤਮ ਹੋ ਗਈ, ਮੇਰੇ ਫਿਕਰ ਹੀ ਖਤਮ ਹੋ ਗਏ ਸਾਰੇ, ਮੇਰੇ ਦੁੱਖ ਸੁੱਖ ਮਾਣ ਅਪਮਾਨ ਖੁਸ਼ੀ ਗਮੀ ਅਮੀਰੀ ਗਰੀਬੀ ਸਭ ਤੋਂ ਮੈਂ ਉੱਚਾ ਉੱਠ ਗਿਆ, ਸਾਰੇ ਮੇਰੇ ਖਤਮ ਹੋ ਗਏ, ਕਿਉਂਕਿ ਤੇਰੇ ਨਾਲ ਜੁੜ ਕੇ ਮੈਂ ਅਡੋਲ ਹੋ ਗਿਆ, ਤੂੰ ਡੋਲਦਾ ਨਹੀਂ ਮੈਂ ਡਿੱਗਦਾ ਨਹੀਂ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੈਨੀ ਹਰ ਮੇਰੀ, ਅਬ ਤਬ ਜਬ ਕਬ ਤੂੰ ਹੀ ਹਮ ਤੋ ਪ੍ਰਸਾਦ ਸੁਖੀ ਸਦਾ, ਤੇਰੀ ਕਿਰਪਾ ਨਾਲ ਮੈਂ ਸਦਾ ਹੀ ਸੁਖੀ ਹੋ ਗਿਆ, ਦੁਖੀ ਹੋ ਹੀ ਨਹੀਂ ਸਕਦਾ। ਮੈਂ ਉਸ ਉਚਾਈ ਤੇ ਪਹੁੰਚ ਗਿਆ ਬ੍ਰਾਹਮਣ ਵੀਰ, ਮੇਰੀ ਸਾਂਝ ਹੁਣ ਰੱਬ ਨਾਲ ਹੋ ਗਈ ਹੈ, ਹੁਣ ਰੱਬ ਮੇਰਾ ਮਾਲਕ ਹੈ, ਹੁਣ ਤੂੰ ਨਹੀਂ ਮੈਨੂੰ ਕੁਛ ਕਹਿ ਸਕਦਾ, ਪਤਾ ਮੇਰੇ ਸਿਰ ਤਾਕਤ ਕਿਹੜੀ ਹੈ, ਚਤੁਰ ਦਿਸ਼ਾ ਕਿੰਨੋ ਬਲ ਆਪਣਾ ਸਿਰ ਉੱਪਰ ਕਰ ਧਾਰੇ, ਉਹ ਤਾਕਤ ਹੈ ਮੇਰੇ ਕੋਲ, ਹੁਣ ਇਸ ਕਰਕੇ ਤੂੰ ਹੁਣ ਮੈਨੂੰ ਕਿਵੇਂ ਡੁਲਾਏਗਾ। ਪ੍ਰਹਲਾਦ ਤੇ ਹਰਨਾਕਸ਼ ਦਾ ਦੇਖੋ ਜੀਵਨ, ਕਦੀ ਹਰਨਾਕਸ਼ ਦੇ ਕੋਲ ਰਾਜ ਭਾਗ ਹੈ, ਲਾਓ ਲਸ਼ਕਰ ਹੈ, ਹਾਥੀ ਘੋੜੇ ਸੈਨਾ ਹੈ, ਉਹਦੇ ਕੋਲ ਬਾਹਾਂ 'ਚ ਭੁਜਾਵਾਂ 'ਚ ਬੜੀ ਤਾਕਤ ਹੈ, ਬੜਾ ਸੂਰਬੀਰ ਬਲਵਾਨ ਹੈ ਉਹ, ਤੇ ਪ੍ਰਹਲਾਦ ਦੇ ਕੋਲ ਤੇ ਰਾਜ ਭਾਗ ਵੀ ਕੋਈ ਨਹੀਂ ਸੀ, ਉਹਦੇ ਕੋਲ ਤੇ ਸੋਨਾ ਚਾਂਦੀ ਵੀ ਕੋਈ ਨਹੀਂ ਸੀ, ਉਹਦੇ ਕੋਲ ਤੇ ਹਾਥੀ ਘੋੜੇ ਸੈਨਾਵਾਂ ਫੌਜਾਂ ਵੀ ਨਹੀਂ ਸਨ, ਉਹਦੇ ਕੋਲ ਤੇ ਸਰੀਰ ਦੀ ਤਾਕਤ ਵੀ ਨਹੀਂ ਸੀ, ਵਿਚਾਰੇ ਕੋਲ ਸਰੀਰ ਦੀ ਤਾਕਤ ਵੀ ਨਹੀਂ ਸੀ, ਪਰ ਇੱਕ ਤਾਕਤ ਸੀ ਉਹਦੇ ਕੋਲ, ਉਹਦਾ ਪਿਤਾ ਦੇ ਸਿਰ ਤੇ ਖੜਿਆ ਨਾ ਅਕਾਲ ਪੁਰਖ, ਜਿਹਨੇ ਉਹਨੂੰ ਸੰਸਾਰ ਤੇ ਭੇਜਿਆ, ਘਰ ਹਰਨਾਕਸ਼ ਦੈਤ ਦੇ ਕੱਲਰ ਕਵਲ ਭਗਤ ਪ੍ਰਹਲਾਦ, ਹੁਣ ਉਸ ਪ੍ਰਹਲਾਦ ਦੇ ਉੱਪਰ ਤਸੀਹੇ ਦਿੱਤੇ ਗਏ, ਉਹਨੂੰ ਉਹਦੇ ਉੱਤੇ ਜ਼ੁਲਮ ਕੀਤੇ ਗਏ, ਪ੍ਰਹਲਾਦ ਕੋਠੇ ਵਿੱਚ ਰੱਖਿਆ, ਬਾਹਰ ਦੀਆ ਤਾਲਾ, ਪੁੱਛਿਆ ਫਿਰ ਡਰਿਆ ਕਿਉਂ ਨਹੀਂ, ਕਹਿਣ ਲੱਗੇ ਇਸ ਕਰਕੇ ਨਿਰਭਉ ਬਾਲਕ ਮੂਲ ਨਾ ਡਰਈ, ਮੇਰਾ ਅੰਤਰ ਗੁਰਗੋਪਾਲਾ, ਅੰਦਰ ਗੁਰਗੋਪਾਲਨ, ਅੰਦਰ ਰੱਬ ਦੀ ਤਾਕਤ ਹੈ, ਜਦੋਂ ਇੱਕ ਪਾਸੇ ਰੱਬ ਦੀ ਤਾਕਤ ਹੋਵੇ ਦੁਨੀਆਂ ਪਾਸੇ ਦੁਨੀਆਂ ਦੀ ਤਾਕਤ ਹੋਵੇ ਦੂਜੇ ਪਾਸੇ, ਤੇ ਉਹ ਰੱਬ ਨਾਲ ਜੁੜੇ ਹੋਏ ਮਨੁੱਖ ਨੂੰ ਡਰ ਨਹੀਂ ਕਿਸੇ ਦਾ ਹੁੰਦਾ, ਤੇ ਝਗੜਾ ਕਾਹਦਾ ਹੈ ਪ੍ਰਹਲਾਦ ਦਾ ਤੇ ਹਰਨਾਕਸ਼ ਦਾ, ਲੜਾਈ ਕਾਹਦੀ ਹੈ, ਰਾਜ ਭਾਗ ਦੀ ਲੜਾਈ ਸੋਨੇ ਚਾਂਦੀ ਦੀ ਨਹੀਂ, ਲੜਾਈ ਹੈ ਸੱਚ ਦੀ। ਹਰਨਾਕਸ਼ ਆਖਦਾ ਹੈ ਮੈਂ ਹੀ ਮਾਲਕ ਹਾਂ ਧਰਤੀ ਦਾ, ਪ੍ਰਹਲਾਦ ਆਖਦਾ ਨੀ ਜਿਹਨੇ ਤੈਨੂੰ ਪੈਦਾ ਕੀਤਾ ਨਾ ਉਹ ਮਾਲਕ ਹੈ, ਜਿਹੜਾ ਤੈਨੂੰ ਵੀ ਪੈਦਾ ਕਰਨ ਵਾਲਾ, ਝਗੜਾ ਸਿਰਫ ਸੱਚ ਦਾ ਹੈ, ਲੜਾਈ ਸੱਚ ਤੇ ਝੂਠ ਦੇ ਦਰਮਿਆਨ ਹੈ, ਪਰ ਇੱਕ ਪ੍ਰਹਲਾਦ ਦੇ ਕੋਲ ਦੁਨਿਆਵੀ ਕੋਈ ਤਾਕਤ ਨਹੀਂ, ਇੱਕ ਰੱਬੀ ਤਾਕਤ ਨਾਲ ਹੈ, ਇਸ ਕਰਕੇ ਉਹ ਹਰਨਾਕਸ਼ ਨਾਲ ਵੀ ਟਕਰਾ ਗਿਆ, ਉਹਦੇ ਨਾਲ ਵੀ ਟਕਰਾ ਗਿਆ। ਇਹੀ ਬਚਨ ਭਗਤ ਕਬੀਰ ਜੀ ਨੇ ਕੀਤੇ, ਕਹਿਣ ਲੱਗੇ ਮੈਨੂੰ ਆਪਣੇ ਘਰ ਦੀ ਪਛਾਣ ਹੋ ਗਈ, ਮੇਰਾ ਵੱਡਾ ਵਡੇਰਾ ਬਜ਼ੁਰਗ ਮੇਰਾ ਰੱਬ ਹੈ,
ਹੁਣ ਮੈਨੂੰ ਡਰ ਨਹੀਂ ਕਿਸੇ ਚੀਜ਼ ਦਾ ਰਿਹਾ। ਜੋ ਲਾਹੇ ਕਰ ਆਪਣਾ ਚੀਨਾ ਘੱਟ ਹੀ ਰਾਮ ਪਛਾਣਾ, ਮੈਂ ਹਿਰਦੇ ਵਿੱਚ ਆਪਣੇ ਰਾਮ ਨੂੰ ਪਛਾਣ ਲਿਆ, ਮੈਂ ਉਸੇ ਦੀ ਅੰਸ਼ ਹਾਂ, ਉਸੇ ਦਾ ਹੀ ਖੂਨ ਹਾਂ, ਮੈਂ ਉਸ ਅਕਾਲ ਪੁਰਖ ਦੀ ਪੀੜ੍ਹੀ ਦੇ ਵਿੱਚੋਂ ਹੀ ਹਾਂ, ਮੈਂ ਆਪਣੇ ਘਰ ਨੂੰ ਪਛਾਣ ਲਿਆ। ਕਹਿਤ ਕਬੀਰ ਕਾਰ ਕਹਿਤ ਤੋਰੀ। ਹਾਂ, ਜਦੋਂ ਰੱਬ ਚਾਹੁੰਦਾ ਹੈ ਨਾ, ਉਹ ਆਪਣੀ ਮਰਜ਼ੀ ਨਾਲ ਜਿੰਨੇ ਤਾਣਾ ਪੇਟਾ ਬਣਾਇਆ ਨਾ ਸੂਤ, ਉਹ ਚਾਹੇ ਤੋੜ ਵੀ ਸਕਦਾ ਹੈ, ਉਹਦੇ ਹੱਥ ਵਿੱਚ ਦੁਨੀਆ। ਇਸ ਕਰਕੇ ਤੂੰ ਵੀ ਉਹਦੇ ਹੱਥ ਵਿੱਚ ਹੀ ਆ ਹੁਣ। ਹੁਣ ਤੇਰੇ ਤੋਂ ਕਾਹਤੋਂ ਡਰਨਾ, ਕਿਉਂਕਿ ਤੂੰ ਮੇਰੇ ਪਿਤਾ, ਮੇਰੇ ਬਜ਼ੁਰਗ, ਮੇਰੇ ਮਾਲਕ ਦੇ ਹੱਥ ਦੇ ਵਿੱਚ ਹੈ। ਜਦੋਂ ਉਹਨੇ ਜਾਣਾ, ਉਹਨੇ ਦੁਨੀਆ ਦਾ ਸੂਤ ਤੋੜ ਤੋੜ ਕੇ ਪਰਾਂ ਸੜ ਦੇਣਾ ਹੈ, ਉਹਦੇ ਹੱਥ ਵਿੱਚ ਹੈ। ਕਹਿਤ ਕਬੀਰ ਕਾਰ ਕਹਿ ਤੋਰੀ। ਕਾਰ ਗਿਆ ਮੈਨੇ ਜਿਹੜੀ ਕੰਘੀ ਹੈ ਨਾ ਤਾਣੇ ਪੇਟੇ ਵਾਲੀ, ਜਦੋਂ ਉਹਨੇ ਮਨ ਕੀਤਾ, ਜਦੋਂ ਮੌਜ ਵਿੱਚ ਆਇਆ, ਉਹਨੇ ਤੋੜ ਕੇ ਪਰਾਂ ਸੜ ਦੇਣੀ ਹੈ। ਉਹ ਪਰਵਾਹ ਨਹੀਂ ਮੰਨਦਾ ਕਿਸੇ ਦੀ, ਮਾਰੈ ਰੱਖੈ ਏਕੋ ਆਪ, ਮਨੁੱਖ ਕੇ ਕੁਛ ਨਹੀਂ ਹਾਥ। ਕਈ ਲੋਕ ਤੇ ਰੱਬ ਦੀ ਸਿਫਤ ਹੀ ਇਸ ਕਰਕੇ ਕਰਦੇ ਨੇ ਵੀ ਉਹ ਮੌਤ ਦੇ ਦਿੰਦਾ ਹੈ, ਕਈ ਇਸੇ ਕਰਕੇ ਸਿਫਤ ਕਰਦੇ ਨੇ। ਗਾਵੈ ਕੋ ਜੀ ਲੈ ਫਿਰ ਦੇ, ਉਹ ਜਿੱਦ ਲੈ ਕੇ ਵਾਪਸ ਵੀ ਕਰਦਾ ਹੈ, ਮੌਤ ਵੀ ਦੇ ਦਿੰਦਾ ਹੈ, ਖੇ ਵੀ ਕਰ ਦਿੰਦਾ ਹੈ, ਮਿੱਟੀ ਚ ਵੀ ਮਿਲਾ ਦਿੰਦਾ ਹੈ। ਇਸ ਕਰਕੇ ਲੋਕ ਉਹਦੀ ਸਿਫਤ ਕਰਦੇ ਨੇ। ਗਾਵੈ ਕੋ ਤਾਣ ਹੋਵੈ ਕਿਸੇ ਤਾਣ, ਗਾਵੈ ਕੋ ਦਾਤ ਜਾਣੇ ਨਿਸ਼ਾਨ, ਗਾਵੈ ਕੋ ਗੁਣ ਵਡਿਆਈਆਂ ਚਾਰ, ਗਾਵੈ ਕੋ ਵਿਦਿਆ ਵਿਖਮ ਵਿਚਾਰ, ਗਾਵੈ ਕੋ ਸਾਜ ਕਰੇ ਤਨ ਖੇ। ਉਹ ਤਨ ਬਣਾ ਕੇ ਮਿੱਟੀ ਕਰ ਦਿੰਦਾ ਹੈ, ਮਿੱਟੀ ਕਰਕੇ ਬਣਾ ਵੀ ਸਕਦਾ ਹੈ। ਕਈ ਲੋਕ ਇਸੇ ਕਰਕੇ ਰੱਬ ਦੀ ਸਿਫਤ ਕਰਦੇ ਨੇ ਕਿ ਉਹ ਜਨਮ ਵੀ ਦੇ ਸਕਦਾ, ਮੌਤ ਵੀ ਦੇ ਸਕਦਾ। ਗਾਵੈ ਕੋ ਸਾਜ ਕਰੇ ਤਨ ਖੇ, ਗਾਵੈ ਕੋ ਜੀ ਲੈ ਫਿਰ ਦੇ। ਕਈ ਇਸ ਕਰਕੇ ਗਾ ਰਹੇ ਨੇ। ਔਰ ਜੇ ਰੱਬ ਦੇ ਹੱਥ ਦੋ ਤਾਕਤਾਂ ਨਾ ਆਉਣ ਤੇ ਰੱਬ ਨੂੰ ਗਾਉਣ ਦੀ ਲੋੜ ਵੀ ਨਾ ਹੋਵੇ। ਜਨਮ ਤੇ ਮੌਤ ਜੇ ਬੰਦੇ ਦੇ ਹੱਥ ਆ ਜਾਣ ਨਾ, ਆਪਣੀ ਮਰਜ਼ੀ ਨਾਲ ਜਿਸ ਦੇਸ਼, ਜਿਸ ਪਰਿਵਾਰ ਵਿੱਚ ਚਾਹਵਾਂ ਮੈਂ ਜਨਮ ਲੈ ਲਵਾਂ, ਜਦੋਂ ਚਾਹਾਂ ਉਦੋਂ ਹੀ ਮੇਰੀ ਮੌਤ ਹੋਵੇ, ਇਹ ਦੋ ਤਾਕਤਾਂ ਬੰਦੇ ਦੇ ਹੱਥ ਆ ਜਾਣ, ਰੱਬ ਨੂੰ ਕੌਣ ਮੰਨੇ। ਉਹਨੂੰ ਗਾਇਆ ਇਸ ਕਰਕੇ ਜਾਂਦਾ ਕਿ ਜ਼ੋਰ ਨਾ ਜੀਵਨ ਮਰਨ ਨਹਿ ਜ਼ੋਰ, ਜਨਮ ਤੇ ਮੌਤ ਤੇ ਬੰਦੇ ਦਾ ਜ਼ੋਰ ਨਹੀਂ ਚੱਲਦਾ। ਉਹ ਤਾਕਤਾਂ ਨੇ ਆਪਣੇ ਹੱਥ ਰੱਖੀਆਂ ਨੇ, ਉਹ ਚਾਹੇ ਇੱਕ ਪਲ ਦੇ ਵਿੱਚ ਇਸ ਕਰਕੇ ਨੂੰ ਤੋੜ ਸਕਦਾ। ਸੁਖਮਨੀ ਸਾਹਿਬ ਚ ਪੰਚਮ ਪਾਤਸ਼ਾਹ ਜੀ ਨੇ ਇੱਕ ਬਾਖਮਾਲ ਬਚਨ ਕਿਹਾ, ਕਹਿਣ ਲੱਗੇ ਮਨੁੱਖ ਰੱਬ ਦੀ ਤਾਕਤ ਪਤਾ ਕਿੰਨੀ ਹੈ, ਤੂੰ ਆਪਣੀ ਅੱਖ ਦੀ ਪਲਕ ਨੂੰ ਚਿਪਕਾਏ ਕਿੰਨਾ ਸਮਾਂ ਲੱਗਦਾ ਹੈ, ਕਿੰਨੀ ਮਖਲਾ। ਤੂੰ ਅੱਖ ਦੀ ਪਲਕ ਨੂੰ ਚਿਪਕਾਏ, ਪਲਕ ਚਿਪਕਾਉਂਦਿਆਂ ਚਿਪਕਾਉਂਦਿਆਂ ਅਕਾਲ ਪੁਰਖ ਇਸ ਬੜੇ ਵੱਡੇ ਸੰਸਾਰ ਬਣਾਏ ਹੋਏ ਨੂੰ ਤਹਿਸ ਨਹਿਸ ਕਰ ਦੇਵੇ, ਨਾਸ਼ ਕਰ ਦੇਵੇ। ਇਸ ਮਨੁੱਖਾਂ ਨੂੰ, ਪਸ਼ੂਆਂ ਨੂੰ, ਬਨਸਪਤੀ ਨੂੰ, ਪੰਛੀਆਂ ਨੂੰ, ਧਰਤੀ ਨੂੰ ਖਤਮ ਕਰਕੇ ਨਵੇਂ ਸਿਰਿਓਂ ਫਿਰ ਧਰਤੀ ਬਣਾ ਦੇਵੇ, ਉਹਦੇ ਵਿੱਚ ਫਿਰ ਬਨਸਪਤੀ ਉਗਾ ਦੇਵੇ, ਫਿਰ ਪਸ਼ੂਆਂ ਪੰਛੀਆਂ ਨੂੰ ਪੈਦਾ ਕਰ ਦੇਵੇ, ਫਿਰ ਮਨੁੱਖਾਂ ਨੂੰ ਬਣਾ ਦੇਵੇ, ਫਿਰ ਵੱਡੇ ਵੱਡੇ ਘਰ ਤਿਆਰ ਕਰ ਦੇਵੇ, ਵੱਡੀਆਂ ਵੱਡੀਆਂ ਫੈਕਟਰੀਆਂ ਖਲਾਰੇ ਖਿਲਾਰ ਦੇਵੇ, ਫਿਰ ਜ਼ਿੰਦਗੀ ਉਸੇ ਤਰ੍ਹਾਂ ਚੱਲਣ ਲੱਗ ਜਾਏ। ਮਨੁੱਖ ਨੂੰ ਪਤਾ ਹੀ ਨਾ ਲੱਗੇ ਕਿ ਮੈਂ ਆਪਣੀ ਅੱਖ ਦੀ ਪਲਕ ਚਿਪਕਾਈ, ਮੇਰੇ ਅੱਖ ਬੰਦ ਕਰਕੇ ਖੋਲਣ ਦੇ ਵਿੱਚ ਇਹ ਦੁਨੀਆ ਨਾਸ਼ ਹੋ ਕੇ ਫਿਰ ਵੀ ਦੁਬਾਰਾ ਤਿਆਰ ਹੋ ਗਈ। ਤੇ ਇਹ ਜਿਹੜਾ ਮੰਤਰ ਹੈ ਨਾ, ਰੱਬ ਤੋਂ ਬਿਨਾਂ ਕੋਈ ਨਹੀਂ ਜਾਣਦਾ। ਹਰਨ ਭਰਨ ਜਾਕਾ ਨੇਤਰ ਫੋਰ, ਹਰਨ ਮੈਨੇ ਹਰ ਦੇਣਾ, ਨਾਸ਼ ਕਰ ਦੇਣਾ, ਭਰਨ ਮੈਨੇ ਨਾਸ਼ ਕਰਕੇ ਮੁੜ ਕੇ ਫਿਰ ਤੋਂ ਭਰ ਦੇਣਾ ਇਸ ਕਾਇਨਾਤ ਨੂੰ। ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੇ ਹੋਰ। ਕਹਿੰਦਾ ਕਿ ਰੱਬ ਦੀ ਤਾਕਤ ਨੂੰ ਹੋਰ ਨਹੀਂ ਕੋਈ ਜਾਣਦਾ, ਉਹ ਚਾਹੇ ਪਲਾਂ ਵਿੱਚ ਕਣਕੀ ਨੂੰ ਤੋੜ ਕੇ ਪਰਾਂ ਸੱਟ ਦੇਵੇ, ਉਹਦੇ ਹੱਥ ਦੇ ਵਿੱਚ ਹੈ। ਕਹਿਤ ਕਬੀਰ ਕਾਰ ਕਹਿ ਤੋਰੀ।
ਤੇ ਜਦੋਂ ਰੱਬ ਕਾਰ ਕੇ ਤੋੜਦਾ ਹੈ ਨਾ, ਉਦੋਂ ਕੀ ਹੁੰਦਾ? ਸੂਤੈ ਸੂਤ ਮਿਲਾਏ ਕੋਰੀ। ਉਹ ਜਿਹੜਾ ਕੋਰੀ ਜਲਾਹ ਹੈ ਨਾ, ਸੂਤ ਨੂੰ ਸੂਤ 'ਚ ਮਿਲਾ ਕੇ ਖਤਮ ਕਰ ਦਿੰਦਾ ਹੈ, ਭਾਵ ਆਪਣੇ 'ਚ ਮਿਲਾ ਲੈਂਦਾ ਹੈ। ਸੂਤੈ ਸੂਤ ਮਿਲਾਏ ਕੋਰੀ, ਸੂਤ ਨੂੰ ਸੂਤ 'ਚ ਮਿਲਾ ਦਿੰਦਾ ਹੈ, ਆਪਣੇ ਵਿੱਚੋਂ ਹੀ ਕਾਇਨਾਤ ਨੂੰ ਬਣਾਇਆ, ਆਪਣੇ 'ਚ ਉਹਨੇ ਫਿਰ ਲੀਨ ਕਰ ਲਿਆ, ਉਹਨੇ ਫਿਰ ਇੱਕ ਕਰ ਲੈਣਾ ਹੈ। ਇਹ ਬ੍ਰਾਹਮਣ ਵੀਰ ਮੇਰੇ ਮਾਲਕ ਦੇ ਹੱਥ ਹੈ, ਹੁਣ ਤੇਰਾ ਜੀਵਨ ਵੀ, ਹੁਣ ਮੈਨੂੰ ਨਹੀਂ ਤੂੰ ਕੁਛ ਕਹਿ ਸਕਦਾ, ਤੂੰ ਮੇਰੇ ਵੱਡੇ ਵਡੇਰੇ ਬਜ਼ੁਰਗ ਦੇ ਹੱਥ ਦੇ ਵਿੱਚ ਹੈ। ਉਹ ਚਾਹੇ ਇੱਕ ਪਲ ਵਿੱਚ ਜ਼ਿੰਦਗੀ ਖੋ ਵੀ ਸਕਦਾ ਹੈ, ਹਾਂ ਇੰਨਾ ਕਿੰਨਾ ਚੰਗਾ ਹੋਵੇ ਜਿਸ ਜਿੰਨਾ ਚਿਰ ਮਾਲਕ ਨੇ ਜ਼ਿੰਦਗੀ ਦਿੱਤੀ ਅਤੇ ਉਹਦੇ ਸ਼ੁਕਰਾਨੇ ਵਿੱਚ ਰਹਿ, ਮੈਨੂੰ ਦੁਨੀਆ ਮਿਲੀ ਦੇਖਣ ਨੂੰ, ਸੰਸਾਰ ਮਿਲਿਆ, ਕੁਦਰਤ ਦੇ ਆਨੰਦ ਮਿਲੇ, ਅਤੇ ਉਹਨਾਂ ਚਿਰ ਧੰਨਵਾਦ ਹੀ ਕਰ ਲਿਆ ਜਿੰਨਾ ਚਿਰ ਉਹਨੇ ਜ਼ਿੰਦਗੀ ਦਿੱਤੀ, ਉਹਨਾਂ ਚਿਰ ਉਹਦੀ ਯਾਦ ਵਿੱਚ ਹੀ ਜੁੜ ਜਾ। ਸਤਿਗੁਰੂ ਪਾਤਸ਼ਾਹ ਦੀ ਬਾਣੀ ਨੇ ਇੱਕ ਬਚਨ ਕਿਹਾ, ਜਦੋਂ ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਸਾਹਿਬ ਪੁੱਛਦੇ ਨੇ ਨਾ, ਭਾਈ ਮਰਦਾਨਾ ਦੁਨੀਆਂ ਦੀ ਕੋਈ ਰਬਾਬ ਜਿਹਦੀ ਤਾਰ ਟੁੱਟ ਜਾਏ ਤੂੰ ਜੋੜ ਕੇ ਦੁਬਾਰਾ ਸੰਗੀਤ ਪੈਦਾ ਕਰ ਸਕਦੇ? ਲੰਗਾ ਜੀ ਕਿਉਂ ਨਹੀਂ ਪੈਦਾ ਕਰ ਸਕਦਾ, ਮੇਰੇ 'ਚ ਖੂਬੀ ਹੈ, ਮੈਨੂੰ ਪਿਤਾ ਪੁਰਖੀ ਵਿਰਾਸਤ ਵਿੱਚੋਂ ਤਜਰਬਾ ਹਾਸਲ ਹੈ, ਦੁਨੀਆਂ ਦੀ ਕੋਈ ਰਬਾਬ ਹੋਵੇ ਤਾਰ ਟੁੱਟੀ ਹੋਵੇ ਮੈਂ ਫਿਰ ਨਵੇਂ ਸਿਰੋਂ ਤਾਰ ਜੋੜ ਕੇ ਸੰਗੀਤ ਪੈਦਾ ਕਰ ਸਕਦਾ, ਕਿਉਂਕਿ ਰਬਾਬ ਦਾ ਮੇਨ ਮਕਸਦ ਹੀ ਸੰਗੀਤ ਹੁੰਦਾ ਹੈ। ਪੰਜਮ ਪਾਤਸ਼ਾਹ ਜੀ ਨੇ ਤਿੰਨ ਉਦਾਹਰਨਾਂ ਦਿੱਤੀਆਂ, ਕਹਿਣ ਲੱਗੇ ਕਿਸੇ ਮਨੁੱਖ ਨੇ ਬਹੁਤ ਸੁੰਦਰ ਗੀਤ ਲਿਖਿਆ ਹੋਵੇ, ਸ਼ਬਦਾਵਲੀ ਚੁਣ ਕੇ ਵਰਤੀ ਹੋਵੇ, ਇੱਕ ਇੱਕ ਸ਼ਬਦ ਮੋਤੀਆਂ ਵਾਂਗੂ ਚੁਣਿਆ ਹੋਵੇ ਕਵਿਤਾ ਵਿੱਚ, ਖੂਬਸੂਰਤ ਗੀਤ ਹੋਵੇ ਪਰ ਗਾਉਣ ਵਾਲੇ ਦੀ ਆਵਾਜ਼ ਬੇਸੁਰੀ ਹੋਵੇ, ਭੱਦਾ ਗਾਉਂਦਾ ਹੋਵੇ ਤੇ ਗੀਤ ਭਾਵੇਂ ਜਿੰਨਾ ਮਰਜ਼ੀ ਵਧੀਆ ਹੋਵੇ ਲੋਕ ਪਸੰਦ ਨਹੀਂ ਕਰਦੇ। ਕੋਈ ਇਸਤਰੀ ਸੋਹਣਾ ਨਾਚ ਕਰਦੀ ਹੋਵੇ, ਕਲਾਸੀਕਲ ਡਾਂਸ ਕਰਦੀ ਹੋਵੇ, ਸ਼ਾਸਤਰੀ ਨਾਚ ਹੋਵੇ ਉਹਦਾ, ਜ਼ਿੰਦਗੀ ਭਰ ਲਾ ਕੇ ਸਿੱਖਿਆ ਹੋਵੇ, ਨਾਚ ਬੜੇ ਕਮਾਲ ਦਾ ਹੋਵੇ ਪਰ ਨਾਲ ਸਾਜ਼ ਨਾ ਵੱਜਦੇ ਹੋਣ, ਵਾਜੇ ਤਬਲੇ ਨਾ ਵੱਜਦੇ ਹੋਣ, ਉਹਦਾ ਨਾਚ ਇਸ ਤਰ੍ਹਾਂ ਲੱਗੇਗਾ ਜਿਵੇਂ ਹਵਾ 'ਚ ਹੱਥ ਪੈਰੀ ਮਾਰਦੀ ਹੋਵੇ, ਲੋਕ ਪਸੰਦ ਨਹੀਂ ਕਰਦੇ, ਸਾਜ਼ਾਂ ਤੋਂ ਬਿਨਾਂ ਨਾਚ ਕਰ ਲੈ। ਗੀਤ ਵੀ ਉਦੋਂ ਹੀ ਜੱਜਦਾ ਜਦੋਂ ਨਾਲ ਸਾਜ਼ ਨਾਲ ਹੋ ਜਾਣ, ਜਿਹਨੂੰ ਸੰਗੀਤ ਆਖਦੇ ਨੇ, ਸਾਜ਼ਾਂ ਦੇ ਨਾਲ ਗਾਇਆ ਹੋਇਆ ਗੀਤ ਸੰਗੀਤ, ਤੇ ਨਾਚ ਵੀ ਤਾਂ ਹੀ ਹੈ ਜੇ ਨਾਲ ਸਾਜ਼ ਨੇ। ਕਿਸੇ ਤਰਖਾਣ ਨੇ ਰਬਾਬ ਬਣਾਈ, ਬੜੀ ਸੋਹਣੀ ਉਹਦੇ ਵਿੱਚ ਮੀਨਾਕਾਰੀ ਕੀਤੀ, ਰੰਗ ਭਰੇ, ਅੱਜ ਸਾਰੀ ਜ਼ਿੰਦਗੀ ਦਾ ਤਜਰਬਾ ਲਾ ਦਿੱਤਾ ਉਸ ਰਬਾਬ 'ਤੇ, ਮੀਨਾਕਾਰੀ ਕਰਕੇ, ਚਿੱਤਰਕਾਰੀ ਕਰਕੇ, ਸੋਹਣੇ ਰੰਗ ਭਰ ਕੇ ਉਹਨੇ ਰਬਾਬ ਟੰਗ ਦਿੱਤੇ। ਜਿਹੜਾ ਗਾਹਕ ਆਉਂਦਾ ਦੇਖ ਕੇ ਗਾਹ ਤੁਰ ਪੈਂਦਾ, ਜਿਹੜਾ ਆਉਂਦਾ ਦੇਖ ਕੇ ਅੱਗੇ ਤੁਰ ਪੈਂਦਾ, ਹੈਰਾਨ ਹੋਇਆ ਤਰਖਾਣ, ਉਹਨੇ ਆਖਿਰ ਕਿਸੇ ਗਾਹਕ ਨੂੰ ਰੋਕ ਪੁੱਛ ਹੀ ਲਿਆ, ਮੈਂ ਐਡੀ ਖੂਬਸੂਰਤ ਰਬਾਬ ਤਿਆਰ ਕੀਤੀ ਕੋਈ ਖਰੀਦਾ ਕਿਉਂ ਨਹੀਂ? ਉਹ ਗਾਹਕ ਆਖਦਾ ਤਰਖਾਣ ਵੀਰ, ਰਬਾਬ ਇਸ ਕਰਕੇ ਖਰੀਦੀ ਜਾਂਦੀ ਹੈ ਇਹਦੇ ਵਿੱਚੋਂ ਸੰਗੀਤ ਪੈਦਾ ਹੋਵੇ, ਜਿਸ ਰਬਾਬ 'ਚ ਤਾਰ ਹੀ ਨਹੀਂ ਪੈ ਸਕਦੀ ਉਹਨੂੰ ਕਿਸੇ ਨੇ ਘਰ ਰੱਖ ਕੇ ਕੀ ਕਰਨਾ ਹੈ? ਤੂੰ ਤਾਰ ਨਾਲ ਦੀ ਜਗ੍ਹਾ ਹੀ ਨਹੀਂ ਬਣਾਈ ਇਹਦੇ ਵਿੱਚ, ਤੇ ਜੇ ਤਾਰ ਹੀ ਨਹੀਂ ਹੋਏਗੀ ਰਬਾਬ ਦੇ ਵਿੱਚ ਸੰਗੀਤ ਨਹੀਂ ਪੈਦਾ ਹੋਏਗਾ। ਸਤਿਗੁਰੂ ਪਾਤਸ਼ਾਹ ਨੇ ਬਾਣੀ 'ਚ ਧਾਰਨਾ ਦਿੱਤੀਆਂ, ਇਹ ਬਿਨ ਵਾਜੇ ਕੈਸੋ ਨ੍ਰਿਤਕਾਰੀ, ਜੇ ਵਾਜੇ ਨਹੀਂ ਵੱਜਦੇ, ਸਾਜ਼ ਨਹੀਂ ਵੱਜਦੇ, ਨਾਚ ਕਾਹਦਾ ਫਿਰ? ਬਿਨ ਵਾਜੇ ਕੈਸੋ ਨ੍ਰਿਤਕਾਰੀ, ਬਿਨ ਕੰਠੈ ਕੈਸੇ ਗਾਵਨਹਾਰੀ, ਜੇ ਆਵਾਜ਼ ਵਿੱਚ ਹੀ ਸੁਰ ਨਹੀਂ ਹੈ, ਜੇ ਗਲੇ ਹੀ ਮਿੱਠਾ ਸੁਰੀਲਾ ਨਹੀਂ ਹੈ, ਤੇ ਗੀਤ ਨੂੰ ਕਿਸੇ ਨੇ ਸੁਣ ਕੇ ਕੀ ਕਰਨਾ? ਲੋਕ ਗੀਤ ਵੀ ਪਸੰਦ ਨਹੀਂ ਕਰਦੇ। ਬਿਨ ਵਾਜੈ ਕੈਸੋ ਨ੍ਰਿਤਕਾਰੀ, ਬਿਨ ਕੰਠੈ ਕੈਸੇ ਗਾਵਨਹਾਰੀ, ਜੀਲ ਬਿਨਾਂ ਕੈਸੇ ਵਜੈ ਰਬਾਬ, ਨਾਮ ਬਿਨਾਂ ਬਿਰਥੇ ਸਭ ਕਾਜ। ਜਿਵੇਂ ਤਾਰ ਤੋਂ ਬਿਨਾਂ ਰਬਾਬ 'ਚੋਂ ਸੰਗੀਤ ਨਹੀਂ ਪੈਦਾ ਹੁੰਦਾ, ਨਾਮ ਤੋਂ ਬਿਨਾਂ ਜ਼ਿੰਦਗੀ ਵਿੱਚੋਂ ਵੀ ਆਨੰਦ ਦਾ ਸੰਗੀਤ ਨਹੀਂ ਪੈਦਾ ਹੋ ਸਕਦਾ।
ਜੀਵ ਬਿਨਾ ਕੈਸੇ ਬਜੈ ਰਬਾਬ, ਨਾਮ ਬਿਨਾ ਵਿਰਥੇ ਸਭ ਕਾਜ, ਨਾਮ ਬਿਨਾ ਉਹ ਕੋ ਤਰਿਆ, ਬਿਨ ਸਤਿਗੁਰ ਕੈਸੇ ਪਰ ਤਰਿਆ। ਸਰੀਰ ਦੇ ਵਾਜੇ ਦੀ ਸਵਾਸਾਂ ਦੀ ਤਾਰ ਟੁੱਟ ਜਾਏ ਨਾ, ਲੋਕ ਘਰੋਂ ਕੱਢ ਦਿੰਦੇ ਨੇ। ਤੇ ਜੇ ਜੀਵਨ ਵਿੱਚੋਂ ਰੱਬੀ ਯਾਦ ਦੀ ਤਾਰ ਟੁੱਟ ਜਾਏ, ਰੱਬ ਕਿਉਂ ਥਾਂਦੇਗਾ? ਸਤਿਗੁਰੂ ਕਹਿੰਦੇ ਕਿ ਭਾਈ ਮਰਦਾਨਾ, ਰਬਾਬ ਦੀ ਤਾਰ ਟੁੱਟ ਜਾਏ, ਜੋੜ ਲੈਂਦਾ ਦੁਬਾਰਾ, ਸੰਗੀਤ ਪੈਦਾ ਕਰ ਲੈਂਦਾ। ਕਹਿਣ ਲੱਗਾ ਜੀ ਬਿਲਕੁਲ, ਜ਼ਿੰਦਗੀ ਦਾ ਤਜਰਬਾ ਤੇਰਾ। ਸਤਿਗੁਰੂ ਕਹਿਣ ਲੱਗੇ ਫਿਰ ਜਿੱਦਣ ਤੇਰੇ ਸਰੀਰ ਰਬਾਬ ਦੀ ਸਾਹਾਂ ਦੀ ਤਾਰ ਟੁੱਟੇਗੀ ਨਾ, ਇਹਨੂੰ ਜੋੜ ਕੇ ਦਿਖਾਈ ਤਾਂ ਤੈਨੂੰ ਮੰਨੀ। ਫਿਰ ਸਵਾਦ ਤਾਂ ਜੇ ਸਵਾਸਾਂ ਦੀ ਤਾਰ ਮੁੜ ਜੋੜ ਕੇ ਸਰੀਰ ਬਾਜੇ ਨੂੰ ਵਜਾ ਲਵੇ, ਕਿਉਂਕਿ ਵਾਜਾ ਉਹਨਾਂ ਚਿਰ ਵੱਜਦਾ ਨਾ ਜਿੰਨਾ ਚਿਰ ਸਾਹਾਂ ਦੀ ਤਾਰ ਹੈ। ਜਿੱਚਰ ਤੇਰੀ ਜੋਤ, ਤਿੱਚਰ ਜੋਤੀ ਵਿੱਚ ਤੂੰ ਬੋਲੇ, ਵਿਣ ਜੋਤੀ ਕੋਈ ਕਿਛ ਕਰੇ ਉਹ ਦਿਖਾ ਸਿਆਣੀ ਹੈ। ਰੱਬ ਤਾਰਾਂ ਤੋੜੇ, ਤੂੰ ਬੋਲ ਕੇ ਵੀ ਦਿਖਾਏ, ਤੈਨੂੰ ਸਿਆਣਾ ਮੰਨ ਲਈਏ। ਭਾਈ ਮਰਦਾਨੇ ਜੀ ਨੇ ਹੱਥ ਜੋੜ ਲਿਆ, ਆਖਦੇ ਸਤਿਗੁਰੂ ਪਾਤਸ਼ਾਹ, ਰੱਬ ਦੀਆਂ ਤੋੜੀਆਂ ਤਾਰਾਂ ਬੰਦਾ ਨਹੀਂ ਜੋੜ ਸਕਦਾ। ਜਦੋਂ ਉਹ ਤਾਰਾਂ ਤੋੜਦੇ ਨਾ, ਉਹਦੀਆਂ ਤਾਰਾਂ ਜੋੜਨ ਦੀ ਮਨੁੱਖ ਕੋਲ ਹਿੰਮਤ ਨਹੀਂ ਹੁੰਦੀ। ਕਬੀਰ ਜੋ ਹਮ ਜੰਤ ਵਜਾਵਤੇ, ਜੰਤ ਮੈਨੇ ਜੰਤਰ ਜਿਹੜਾ ਅਸੀਂ ਬਾਜਾ ਵਜਾਉਂਦੇ ਹਾਂ ਨਾ, ਟੂਟ ਗਈ ਸਭ ਤਾਰ। ਕਬੀਰ ਜੋ ਹਮ ਜੰਤ ਵਜਾਵਤੇ, ਟੂਟ ਗਈ ਸਭ ਤਾਰ, ਜੰਤ ਵਿਚਾਰਾ ਕਿਆ ਕਰੇ, ਚੱਲੇ ਵਜਾਵਣ ਹਾਰ। ਜਦੋਂ ਵਜਾਉਣ ਵਾਲੇ ਵਿੱਚੋਂ ਸਾਹ ਦੀਆਂ ਤਾਰਾਂ ਤੋੜ ਜਾਏ, ਫਿਰ ਨਹੀਂ ਰਬਾਬ ਵੱਜ ਸਕਦਾ। ਸਤਿਗੁਰੂ ਮੇਰੀ ਸਾਹਾਂ ਦੀ ਤਾਰ ਟੁੱਟ ਜਾਏ, ਉਹ ਨਹੀਂ ਮੈਂ ਜੋੜ ਸਕਦਾ। ਜਦੋਂ ਰੱਬ ਤਾਰਾਂ ਤੋੜੇ, ਫਿਰ ਮਨੁੱਖ ਦੀ ਮਜ਼ਾ ਨਹੀਂ ਆਉਂਦੀ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਫਿਰ ਤਿਆਰ ਹੈ, ਤਾਰਾਂ ਟੁੱਟ ਜਾਣ, ਮੌਤ ਨੂੰ ਹੱਸ ਕੇ ਪ੍ਰਵਾਨ ਕਰੇਗਾ? ਕਹਿਣ ਲੱਗਾ ਸਤਿਗੁਰੂ ਇੱਕ ਕਿਰਪਾ ਕਰਦੇ ਆ ਜੀ, ਸਰੀਰ ਚੋਂ ਸਾਹਾਂ ਦੀ ਤਾਰ ਟੁੱਟ ਜਾਏ, ਲੋਕ ਘਰ ਨਹੀਂ ਰੱਖਦੇ, ਘਰੋਂ ਕੱਢ ਦਿੰਦੇ ਨੇ। ਕੋਈ ਅੱਗ 'ਚ ਸਾੜ ਆਉਂਦਾ, ਕੋਈ ਮਿੱਟੀ 'ਚ ਦਬਾ ਆਉਂਦਾ। ਜੇ ਅੰਦਰ ਆਤਮਾ 'ਚ ਜੀਵਨ 'ਚ ਰੱਬ ਦੀ ਯਾਦ ਦੀ ਸਿਮਰਨ ਦੀ ਤਾਰ ਨਹੀਂ ਹੋਏਗੀ ਨਾ, ਰੱਬ ਨੇ ਵੀ ਨਹੀਂ ਆਪਣੇ ਘਰ ਥਾਂ ਦੇਣੀ। ਸਰੀਰ ਦੀ ਸਾਹਾਂ ਦੀ ਤਾਰ ਟੁੱਟ ਜਾਏ, ਕੋਈ ਪਰਵਾਹ ਨਹੀਂ, ਦੇਖਿਓ ਮੇਰੇ ਆਤਮਾ ਦੀ ਨਾਮ ਦੀ ਤਾਰ ਨਾ ਟੁੱਟ ਜਾਏ। ਆਖਰੀ ਸਾਹ ਤੱਕ ਮੇਰੇ ਜੀਵਨ ਵਿੱਚ ਰੱਬੀ ਸਿਮਰਨ ਦੀ ਤਾਰ ਬਣੀ ਰਹੇ, ਤਾਂ ਕਿ ਮੈਂ ਮਾਲਕ ਦੇ ਘਰ ਪ੍ਰਵਾਨ ਚੜ ਜਾਵਾਂ। ਸਤਿਗੁਰੂ ਪਾਤਸ਼ਾਹ ਨੇ ਇੱਕ ਹੋਰ ਬਚਨ ਕਿਹਾ, ਫਿਰ ਕਹਿੰਦੇ ਕਿ ਭਾਈ ਮਰਦਾਨਿਆ, ਤੂੰ ਤੇ ਗੁਰੂ ਰੂਪ ਹੋ ਗਿਆ ਨਾ, ਤਾਂ ਹੀ ਸਤਿਗੁਰੂ ਨੇ ਭਾਈ ਮਰਦਾਨਾ ਜੀ ਨੂੰ ਗੁਰਬਾਣੀ ਵਿੱਚ ਦਰਜ ਕਰਕੇ ਜੁਗੋ ਜੁਗ ਡਲ ਕਰ ਦਿੱਤਾ। ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ, ਭਾਈ ਮਰਦਾਨੇ ਨੂੰ ਨਮਸਕਾਰ ਕਰ ਦਿੰਦੇ ਹਾਂ। ਗੁਰੂ ਸਿੱਖ, ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ, ਸਿੱਖ ਗੁਰੂ ਰੂਪ ਹੋ ਜਾਂਦਾ। ਕਹਿੰਦੇ ਲੱਗੇ ਭਾਈ ਮਰਦਾਨਾ, ਇੱਕ ਗੱਲ ਹੋਰ ਦੱਸੋ, ਜਿਸ ਦਿਨ ਤੁਹਾਡੀ ਮੌਤ ਹੋਵੇ, ਤੁਹਾਡੇ ਨਾਂ ਦੀ ਸਮਾਧੀ ਬਣਾ ਦਈਏ, ਸੰਗਮਰਮਰ ਪੱਥਰ ਲਗਾ ਦਾਂਗੇ, ਚਿੱਟਾ ਪੱਥਰ ਲੱਗੇਗਾ, ਲੋਕ ਆਣਗੇ, ਮੱਥੇ ਟੇਕਣਗੇ, ਸਜਦੇ ਕਰਨਗੇ, ਪਰਕਰਮਾ ਕਰਨਗੇ, ਬੜੀ ਪੂਜਾ ਮੰਨਦਾ ਜੀ। ਕਹਿਣ ਲੱਗਾ ਸਤਿਗੁਰੂ, ਬੜੀ ਮੁਸ਼ਕਲ ਨਾਲ ਤੇ ਚਮੜੀ ਦੀ ਕੈਦ ਚੋਂ ਆਜ਼ਾਦ ਹੋਣ ਲੱਗੇ ਹਾਂ, ਤੇ ਤੁਸੀਂ ਚਮੜੀ ਦੀ ਕੈਦ ਚੋਂ ਕੱਢ ਕੇ ਪੱਥਰ ਦੀ ਕੈਦ ਚ ਪਾਉਣ ਲੱਗੇ। ਦੇਖੋ ਗੁਰੂ ਨਾਨਕ ਦਾ ਸਿੱਖ ਅਖੋਤੀ ਭਗਵਾਨਾਂ ਨਾਲੋਂ ਵੀ ਉੱਚਾ ਹੈ। ਜਿਸ ਦਿਨ ਆਚਾਰੀਆ ਰਜੇਸ਼ ਦੀ ਮੌਤ ਹੋਣੀ ਸੀ ਨਾ, ਉਹਨੇ ਆਪਣੇ ਡਾਕਟਰ ਅੰਮ੍ਰਿਤ ਨੂੰ ਕੋਲ ਬੁਲਾ ਕੇ ਕਿਹਾ ਸੀ ਕਿ ਮੈਂ ਚਾਹੁੰਦਾ ਸੀ ਦੁਨੀਆਂ ਤੇ ਰਵਾਂ, ਮੈਂ ਚਲੋ ਮੈਂ ਨਹੀਂ, ਮੇਰੇ ਬੱਚੇ ਵੀ ਨਹੀਂ, ਅੱਗੋਂ ਹੁਣ ਕੀ ਬਣੇ, ਏਡਾ ਮੋਹ ਸਰੀਰ ਦਾ, ਏਡਾ ਮੋਹ ਦੁਨੀਆਂ ਦਾ। ਕਹਿੰਦਾ ਚਲੋ ਮੈਂ ਨਹੀਂ, ਮੇਰੇ ਬੱਚੇ ਵੀ ਨਹੀਂ, ਬੱਚਿਆਂ ਦੇ ਰੂਪ ਵਿੱਚ ਵੀ ਨਹੀਂ ਰਹਿ ਸਕਦਾ ਮੈਂ, ਇੱਕ ਕੰਮ ਕਰੀ, ਮੇਰੀ ਮੌਤ ਤੋਂ ਬਾਅਦ
ਸੰਗਮਰਮਰ ਦੀ ਮੇਰੀ ਸਮਾਧੀ ਬਣਾ ਦਿਓ, ਉੱਤੇ ਸੋਨੇ ਦੇ ਅੱਖਰਾਂ 'ਚ ਮੇਰਾ ਨਾਂ ਲਿਖ ਲਿਓ, ਘੱਟੋ ਘੱਟ ਦੁਨੀਆਂ 'ਤੇ ਮੇਰਾ ਨਾਂ ਰਹਿ ਜਾਏ। ਸਿੱਖ ਜਿਉਂਦੇ ਜੀ ਨਾਂ ਛੱਡ ਜਾਂਦਾ ਆਪਣਾ, ਉਹ ਨਾਂ ਦੇ ਚੱਕਰਾਂ 'ਚ ਨਹੀਂ ਪੈਂਦਾ। ਕਹਿਣ ਲੱਗਾ ਘੱਟੋ ਘੱਟ ਮਰਨ ਤੋਂ ਬਾਅਦ ਸੰਗਮਰਮਰ ਦੀ ਸਮਾਧ 'ਤੇ ਸੋਨੇ ਦੇ ਅੱਖਰਾਂ 'ਚ ਮੇਰਾ ਨਾਂ ਲਿਖ ਦਿਓ, ਮੈਂ ਘੱਟੋ ਘੱਟ ਮੇਰਾ ਨਾਂ ਹੀ ਦੁਨੀਆਂ 'ਤੇ ਰਹਿ ਜਾਏ, ਲੋਕ ਯਾਦ ਰੱਖਣ ਮੈਨੂੰ। ਪਰ ਗੁਰੂ ਦਾ ਸਿੱਖ ਐਡਾ ਉੱਚਾ, ਜਮਾ ਹੀ ਮੋਹ ਨਹੀਂ ਚਮੜੀ ਦਾ। ਕਹਿੰਦਾ ਵੀ ਸਤਿਗੁਰੂ, ਬਾ ਮੁਸ਼ਕਲ ਚਮੜੀ ਦੀ ਕੈਦ 'ਚ ਆਜ਼ਾਦ ਹੋਣ ਲੱਗੇ ਆ, ਤੁਸੀਂ ਪੱਥਰ ਦੀ ਕੈਦ 'ਚ ਪਾਉਣ ਲੱਗੇ ਹੋ। ਸਤਿਗੁਰੂ ਕਹਿਣ ਲੱਗੇ ਕਿ ਤੁਹਾਨੂੰ ਕੈਦ ਚੰਗੀ ਨਹੀਂ ਲੱਗਦੀ? ਕਹਿਣ ਲੱਗਾ ਲੱਗਦੀ ਹੈ ਸਤਿਗੁਰੂ। ਸਤਿਗੁਰੂ ਕਹਿਣ ਲੱਗੇ ਫਿਰ ਕਿਉਂ ਡਰਦਾ ਕੈਦ ਤੋਂ? ਕਹਿਣ ਲੱਗਾ ਸਤਿਗੁਰੂ, ਜੇ ਕੈਦ 'ਚ ਹੀ ਪਾਉਣਾ ਹੈ ਨਾ, ਫਿਰ ਚਮੜੀ ਦੀ ਕੈਦ 'ਚੋਂ ਕੱਢ ਕੇ ਆਪਣੇ ਚਰਨਾਂ ਦੀ ਕੈਦ 'ਚ ਪਾ ਲਓ, ਤੁਹਾਡੇ ਚਰਨ ਨਹੀਂ ਛੱਡ ਕੇ ਜਾ ਸਕਦਾ ਕਿਤੇ। ਇਹ ਭਗਤ ਕਬੀਰ ਵਾਲਾ ਹੀ ਸਿਧਾਂਤ ਹੈ ਨਾ, ਕਬੀਰ ਸੁਰਖ ਨਰਕ ਤੇ ਮੈਂ ਰਹੇ ਹੋ, ਸਤਿਗੁਰ ਕਹਿ ਪ੍ਰਸਾਦ, ਚਰਨ ਕਮਲ ਕੀ ਮੌਜ ਮੈਂ ਰਹੋ ਅੰਤ ਅਰ ਆਦ। ਕਹਿੰਦੇ ਸਤਿਗੁਰੂ, ਚਰਨਾਂ ਦੀ ਕੈਦ 'ਚ ਪਾ ਦਿਓ, ਰਾਜ ਨਾ ਚਾਹੋ, ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲ ਰਹੇ। ਬਸ ਚਰਨਾਂ ਦੀ ਕੈਦ ਮਿਲ ਜਾਏ। ਸਤਿਗੁਰੂ ਪਾਤਸ਼ਾਹ ਨੇ ਘੁੱਟ ਕੇ ਗਲਵੱਕੜੀ ਵਿੱਚ ਲਾਇਆ, ਭਾਈ ਮਰਦਾਨਿਆਂ, ਤੂੰ ਗੁਰੂ ਨਾਨਕ ਤੋਂ ਵੱਖ ਹੋ ਹੀ ਨਹੀਂ ਸਕਦਾ। ਜਿੰਨਾ ਚਿਰ ਮਾਲਕ ਨੇ ਜੀਵਨ ਦਿੱਤਾ ਹੈ, ਉਨਾ ਚਿਰ ਉਹਦੀ ਯਾਦ ਵਿੱਚ ਇਹ ਮਨੁੱਖ ਜੁੜ ਜਾਈ, ਉਸ ਮਾਲਕ ਦੇ ਕੁਦਰਤ ਦੇ ਆਨੰਦ ਨੂੰ ਮਾਣਦੇ, ਉਹਦੇ ਸ਼ੁਕਰਾਨੇ ਵਿੱਚ ਜੁੜ ਜਾਈ, ਜਿਹਨੇ ਸਾਰੇ ਸੁੱਖ ਦਿੱਤੇ, ਜਿਹਨੇ ਆਨੰਦ ਦਿੱਤੇ, ਜਿਹਨੇ ਸੰਸਾਰ ਦਿੱਤਾ, ਉਹਦੇ ਸ਼ੁਕਰਾਨੇ ਵਿੱਚ ਜੁੜ ਜਾਈ। ਕਿਉਂਕਿ ਜਿੱਦਣ ਉਹਨੇ ਕੰਘੀ ਤੋੜਨੀ ਹੈ, ਜਿਸ ਦਿਨ ਉਹਨੇ ਕਰਘੀ ਤੋੜਨੀ ਹੈ, ਉਹਨੇ ਫਿਰ ਸਾਰਿਆਂ ਨੂੰ ਲੀਨ ਕਰ ਦੇਣਾ ਹੈ। ਕੁਝ ਲੋਕ ਹੱਸਦੇ ਹੋਏ ਜ਼ਿੰਦਗੀ ਬਤੀਤ ਕਰ ਜਾਂਦੇ ਨੇ, ਕੁਝ ਰੋਂਦੇ ਹੋਏ ਚਲੇ ਜਾਂਦੇ ਨੇ। ਕਹਿਤ ਕਬੀਰ, ਕਾਰ ਕਹਿ ਤੋਰੀ, ਸੂਤੈ ਸੂਤ ਮਿਲਾਏ ਕੋਰੀ। ਆਖਰ ਜਦੋਂ ਉਹਨੇ ਜੀਵਨ ਰੂਪੀ ਕੰਘੀ ਨੂੰ ਤੋੜਨਾ ਹੈ, ਸੂਤ ਨੂੰ ਫਿਰ ਆਪਣੇ 'ਚ ਮਿਲਾ ਲੈਣਾ ਹੈ। ਭਗਤ ਕਬੀਰ ਜੀ ਦੇ ਅੱਜ ਦੇ ਬਚਨ, ਇਹ ਬ੍ਰਾਹਮਣ ਵੀਰ, ਕਿਸੇ ਦਾ ਕੰਮ ਊਚ ਨੀਚ ਨਹੀਂ ਹੁੰਦਾ, ਤੂੰ ਵੀ ਕੰਮ ਲਈ ਬੈਠਾ, ਮੈਂ ਵੀ ਲਈ ਬੈਠਾ, ਤੂੰ ਦੋ ਨੰਬਰ ਦੀ ਕਮਾਈ ਕਰਦਾ ਲੋਕਾਂ ਨੂੰ ਗੁੰਮਰਾਹ ਕਰਕੇ, ਮੈਂ ਸੰਸਾਰ ਸਮਾਜ ਦੀ ਸੇਵਾ ਕਰਕੇ ਦਸਾਂ ਨੂੰ ਦੀ ਕਿਰਤ ਕਰਦਾ, ਜਿੱਥੋਂ ਤੱਕ ਜੁਲਾਹੇ ਹੋਣ ਦਾ ਕੰਮ, ਇਹ ਸਾਰਾ ਤਾਣਾ ਬਾਣਾ ਰੱਬ ਦਾ ਪਸਾਰਿਆ, ਰੱਬ ਵੀ ਜੁਲਾਹੇ ਤੋਂ ਘੱਟ ਨਹੀਂ ਹੈ। ਹਾਂ, ਉਹਦੀ ਯਾਦ ਵਿੱਚ ਜੁੜ ਜਾਈ, ਤੇਰਾ ਜੀਵਨ ਸਫਲ ਹੋ ਜਾਏ, ਆਨੰਦਿਤ ਜੀਵਨ ਜਿਉ ਕੇ ਇਸ ਦੁਨੀਆਂ ਤੋਂ ਤੂੰ ਰੁਖਸਤ ਹੋ ਸਕੇ। ਕੱਲ੍ਹ ਦਾ ਜਿਹੜਾ ਬਚਨ ਹੈ ਉਹ ਹੈ ਥਾਂ ਨਾਲ ਵਿਸ਼ੇਸ਼। ਕੋਈ ਥਾਂ ਪਵਿੱਤਰ ਵੀ ਹੁੰਦੀ ਹੈ ਅਤੇ ਕੋਈ ਥਾਂ ਮਾੜੀ ਵੀ ਹੁੰਦੀ ਹੈ, ਕਿਉਂਕਿ ਸਾਡੇ ਮਨਾਂ 'ਚ ਬੜੇ ਭੁਲੇਖੇ ਨੇ, ਆਹ ਥਾਂ ਪਵਿੱਤਰ ਹੈ, ਆਹ ਥਾਂ ਮਾੜੀ ਹੈ। ਚੰਗੀ ਮਾੜੀ ਥਾਂ ਦਾ ਜ਼ਿਕਰ ਅਤੇ ਨਾਲ ਸੁੱਚ ਭਿੱਟ ਦਾ ਜ਼ਿਕਰ ਭਗਤ ਕਬੀਰ ਜੀ ਨੇ ਕੱਲ੍ਹ ਨੂੰ ਕਰਨਾ ਹੈ। ਇਹਦੀਆਂ ਵਿਚਾਰਾਂ ਕੱਲ੍ਹ ਦੇ ਦਿਮਾਗ ਵਿੱਚ ਬਿਆਨ ਹੋਈਆਂ ਫੁੱਲਾਂ ਖੀਵਾਂ ਕਰ ਦੇਣੀਆਂ ਜੀ। ਮਿਲ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ, ਆਨੰਦ ਇੱਕ ਓਅੰਕਾਰ।